ਚੱਪਲ ਦੇ ਇਧਰ ਮੇਰੀ ਗੱਦੀ ਛੱਡ ਦੇ ਦੀਦੀ ਮਗਨ ਕੌਣ ਕਰ ਲਗ ਦੇ ਮੇਰੀ ਚੱਪਲ ਮੇਰਾ ਕਿੰਨਾ ਦੀਦੀ ਮੈਨੂੰ ਬਹੁਤ ਡਰ ਲੱਗਦਾ ਦੀਦੀ ਹਾਂ ਚਾਚੀ ਕੋਈ ਨਹੀਂ ਨਹੀਂ ਤੰਗ ਕਰਦਾ ਚਾਚੀ ਮੈਂ ਉਹਨੂੰ ਸਮਝਾ ਦੂੰਗੀ ਕੋਈ ਗੱਲ ਨਹੀਂ 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 ਕੋਈ ਨਹੀਂ ਚਾਚੀ ਚੱਲ ਮੈਂ ਦੇਖਦੀ ਹਾਂ ਕਰਦੀ ਹਾਂ ਗੱਲ ਹੈ ਨਾ ਹਾਂ ਕੋਈ ਨਹੀਂ ਇਹਨਾਂ ਨਾਲ ਕਰਕੇ ਗੱਲ ਫਿਰ ਮੈਂ ਦੱਸਦੀ ਹਾਂ ਠੀਕ ਹੈ ਚਾਚੀ ਹਾਂਜੀ ਮੈਂ ਕਹਿੰਦੀ ਸੀ ਚਾਚੀ ਤਾਂ ਜਵਾਬ ਦੇਈ ਜਾਂਦੀ ਹੈ ਜਵਾਬ ਦੇਈ ਜਾਂਦੀ ਹੈ ਕੀ ਗੱਲ ਹੋ ਗਈ ਗੱਲ ਕੀ ਹੋਣੀ ਹੈ ਜਗਰੂਪ ਨੂੰ ਤੁਹਾਨੂੰ ਪਤਾ ਤਾਂ ਹੈਗਾ ਉਹ ਤਾਂ ਹੁਣ ਰੱਬ ਦਾ ਬੰਦਾ ਹੈ ਵਿਚਾਰਾ ਅਤੇ ਉਹ ਹੁਣ ਸ਼ਰਾਰਤਾਂ ਕਰਦਾ ਤੰਗ ਵੀ ਕਰਦਾ ਚਾਚੀ ਕਹਿੰਦੀ ਸਾਤੋਂ ਨਹੀਂ ਸਾਂਭ ਹੁੰਦਾ ਆਪਣਿਆਂ ਨੂੰ ਲੈ ਕੇ ਜਾ ਹੁਣ ਦੱਸ ਮੈਂ ਕੀ ਕਰਾਂ ਹੁਣ ਮਾਂ ਹੁਣ ਸੀਗੀ ਚੱਲ ਔਖੀ ਸੌਖੀ ਲਈ ਤਾਂ ਬੈਠੀ ਸੀਗੀ ਹੁਣ ਤਾਂ ਆਪਾਂ ਨੂੰ ਹੀ ਕਰਨਾ ਪੈਣਾ ਜੀ ਮੈਂ ਹੀ ਹਾਂ ਉਹਦੀ ਸਾਰਾ ਕੁਛ ਆਪਾਂ ਕੀ ਕਰ ਸਕਦੇ ਹਾਂ ਹੁਣ ਆਪਾਂ ਹੁਣ ਇੱਥੇ ਲਿਆਵਾਂਗੇ ਹੋਰ ਫਿਰ ਕੀ ਕਰੀਏ ਕਿਹਦੇ ਕੋਲ ਛੱਡਾਂ ਹੁਣ ਉਹਨੂੰ ਗਗਨ ਦੇਖ ਆਪਣੀ ਜੁਆਇੰਟ ਫੈਮਿਲੀ ਹੈ ਆਪਾਂ ਜਗਰੂਪ ਨੂੰ ਇੱਥੇ ਕਿਵੇਂ ਰੱਖ ਲਈਏ ਹੈ ਗੁਰਿੰਦਰ ਤਾਂ ਚੱਲ ਠੀਕ ਹੈ ਭਰਜਾਈ ਦੇ ਸੁਭਾਅ ਦਾ ਤਾਂ ਤੈਨੂੰ ਪਤਾ ਹੀ ਹੈ ਉਹ ਤਾਂ ਤੁਹਾਡੀ ਗੱਲ ਠੀਕ ਹੈ ਜੀ ਹੁਣ ਉਹਨੂੰ ਵੀ ਕਿੱਥੇ ਛੱਡੀਏ ਆਪਾਂ ਹੀ ਰੱਖ ਸਕਦੇ ਹਾਂ ਉਹਨੂੰ ਹੋਰ ਕੌਣ ਆ ਉਹਦਾ ਬਾਕੀ ਐਂ ਆ ਤੁਸੀਂ ਗੁਰਿੰਦਰ ਨਾਲ ਗੱਲ ਕਰ ਲਿਓ ਜੇ ਹੈ ਨਾ ਉਹ ਸਮਝਾ ਲੂਗਾ ਗੁਰਿੰਦਰ ਨਾਲ ਤਾਂ ਗੱਲ ਕਰ ਲੂੰਗਾ ਪਰ ਭਰਜਾਈ ਨੇ ਨਹੀਂ ਮੰਨਣਾ ਮੈਂ ਹੋਰ ਕਹਿੰਦਾ ਗਗਨ ਜੇ ਆਪਾਂ ਉਹਨੂੰ ਅਨਾਥ ਆਸ਼ਰਮ ਛੱਡ ਦਈਏ ਫਿਰ ਹਾਏ ਹਾਏ ਅਨਾਥ ਆਸ਼ਰਮ ਕਿਵੇਂ ਛੱਡਦਾ ਮੈਂ ਆਪਣੇ ਭਰਾ ਨੂੰ ਹੱਦ ਹੋ ਗਈ ਤੁਹਾਡੇ ਵਾਲੀ ਮੇਰੇ ਮਾਂ ਜਾਇਆ ਵੀਰ ਆ ਉਹ ਐਂ ਕਿਵੇਂ ਅਨਾਥ ਆਸ਼ਰਮ ਛੱਡ ਦਾਂਗੇ ਤੁਸੀਂ ਆਪਣੇ ਭਰਾ ਨਾਲ ਮਾੜੀ ਜਿਹੀ ਗੱਲ ਕਰ ਲਓ ਤਾਂ ਕੀ ਹੈ ਉਹਨੇ ਕਿਹੜਾ ਬਹੁਤੀਆਂ ਰੋਟੀਆਂ ਖਾਣੀਆਂ ਨੇ ਚੱਲ ਤੂੰ ਫਿਰ ਟੈਨਸ਼ਨ ਨਾ ਲੈ ਮੈਂ ਗੁਰਿੰਦਰ ਨਾਲ ਗੱਲ ਕਰਾਂਗਾ ਹਾਂ ਤੁਸੀਂ ਇੱਕ ਵਾਰੀ ਉਹਦੇ ਨਾਲ ਗੱਲ ਕਰ ਲਿਓ ਕਰਮਜੀਤ ਦਾ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਚੱਲ ਕੋਈ ਗੱਲ ਨਹੀਂ ਉਹ ਕਰਮਜੀਤ ਨੂੰ ਸਮਝਾ ਲੂਗਾ ਠੀਕ ਹੈ ਨਾ ਹੌਲੀ ਬੋਲੋ ਰਸੋਈ ਚ ਹੀ ਆ ਚੱਲ ਕੋਈ ਨਹੀਂ ਮੈਂ ਗੱਲ ਕਰਦਾ ਗੁਰਿੰਦਰ ਨੂੰ ਇਹ ਕਿਹੋ ਉਹੀ ਸਮਝਾਊਗੀ ਆਪਾਂ ਮੇਰੀ ਗੱਲ ਕਰੀ ਦਾ ਤਾਂ ਕੋਈ ਫਾਇਦਾ ਨਹੀਂ ਉਹਦੇ ਨਾਲ ਠੀਕ ਹੈ ਕੀ ਗੱਲਾਂ ਕਰ ਰਹੇ ਨੇ ਲੈ ਹੁਣ ਇਹ ਘਰ 'ਚ ਝੱਲੇ ਬੱਚੇ ਰਹਿਣਗੇ ਲੈ ਦੱਸ ਧਰਮ ਚੱਲ ਹੈਗੀ ਇਹ ਦਵਾਈਆਂ ਬੂਟੀਆਂ ਦੇ ਖਰਚੇ ਕੱਪੜੇ ਧੋਵੋ ਇਹਨਾਂ ਦੇ ਕੰਜਰ ਖਾਨੇ ਇਹਨਾਂ ਦੀ ਨਹੀਂ ਨਿਬੜਨਾ ਹੁਣ ਕੀ ਕਰਾਂ ਮੈਂ ਫੋਨ ਮੇਰਾ ਹਾਂ ਮੰਮੀ ਹਾਂ ਹਾਂ ਲੈ ਐਂ ਕਿਵੇਂ ਵੜ ਗਏ ਉਰੇ ਦਵਾਈ ਚੱਲਦੀ ਹੈ ਜਗਰੂਪ ਦੀ ਉਹਦੀ ਮੇਰੀ ਗੱਲ ਸੁਣ ਮੰਮੀ ਆਹੋ ਮਾਰ ਕੇ ਧੱਕੇ ਕੱਢਦੇ ਬਾਹਰ ਆਹੋ ਉਈ ਨਹੀਂ ਮੂੰਹ ਲਾਇਆ ਕਰਦੇ ਰਿਸ਼ਤੇਦਾਰ ਹੁੰਦਾ ਇੱਕ ਦੋ ਦਿਨ ਦਾ ਰੋਜ਼ੇ ਥੋੜ੍ਹੀ ਰੱਖੀ ਜਾਂਦੇ ਹੁੰਦੇ ਨੇ ਹਾਂ ਹਾਂ ਲੈ ਮੈਂ ਤਾਂ ਉਈ ਨਾ ਪੜਨ ਦੇਵਾਂ ਕਿਸੇ ਨੂੰ ਹਾਂ ਹਾਂ ਮੰਮੀ ਉਈ ਨਹੀਂ ਮੂੰਹ ਲਾਇਆ ਕਰਦੇ ਕਿਸੇ ਨੂੰ ਜ਼ਿਆਦੇ ਚੱਲ ਠੀਕ ਹੈ ਕੋਈ ਨਾ ਦੇਖ ਲਾ ਤੂੰ ਨਹੀਂ ਫਿਰ ਮੈਂ ਆ ਜੂੰਗੀ ਹਾਂ ਹਾਂ ਆ ਦੇਖ ਲੈ ਆ ਥੋੜ੍ਹੀ ਜਿਹੀ ਗੱਲ ਸੁਣੀ ਆ ਕਿਵੇਂ ਕਲੇਸ਼ ਕਰਕੇ ਬਹਿ ਗਈ ਹੈ ਉਹ ਨਾਲੇ ਫੋਨ ਫੂਨ ਕੋਈ ਨਹੀਂ ਆਇਆ ਇਹਨੂੰ ਇਹਨੇ ਆਪਣੀਆਂ ਗੱਲਾਂ ਸੁਣ ਲਈਆਂ ਸੁਣ ਕੇ ਆਪਾਂ ਦੇਖ ਲੈ ਕਿਆ ਪੜ੍ਹ ਮੇਰੀ ਗੱਲ ਸੁਣੋ ਜੀ ਇਹਦਾ ਤਾਂ ਕੰਮ ਹੀ ਆਇਆ ਇਹਨੇ ਤਾਂ ਐਂ ਹੀ ਕਰਨਾ ਹੁਣ ਉਹਨੂੰ ਦੱਸ ਮੈਂ ਕਿੱਥੇ ਛੱਡਦਾ ਆਪਣੇ ਭਰਾ ਨੂੰ ਉਹ ਮੇਰੀ ਗੱਲ ਸੁਣ ਗਗਨ ਹੁਣ ਗੁਰਿੰਦਰ ਨੂੰ ਵੀ ਕੀ ਕਹਾਂਗੇ ਇਹ ਤਾਂ ਗੁਰਿੰਦਰ ਦੀ ਵੀ ਨਹੀਂ ਸੁਣਦੀ ਆਪਣੇ ਘਰਾਂ ਤਾਂ ਕਲੇਸ਼ ਖੜਾ ਹੋ ਜਾਊਗਾ ਫਿਰ ਇਹ ਤਾਂ ਹੁਣ ਤੁਸੀਂ ਦੇਖਣਾ ਜੀ ਤੁਸੀਂ ਆਪਣੇ ਭਰਾ ਨੂੰ ਕਿਵੇਂ ਸੰਭਾਲਣਾ ਮੈਂ ਆਪਣੇ ਭਰਾ ਨੂੰ ਕਿੱਥੋਂ ਛੱਡਦਾ ਦੱਸੋ ਉਹਨੂੰ ਕਿਹਦੇ ਕੋਲ ਛੱਡ ਕੇ ਆਵਾਂ ਕਮਾਲ ਆ ਉਹ ਯਾਰ ਫਿਰ ਆਪਣੇ ਘਰ 'ਚ ਵੀ ਕਲੇਸ਼ ਖੜਾ ਹੋ ਜਾਣਾ ਤੇਰੇ ਸਾਹਮਣੇ ਆ ਇਹਨੇ ਕਿੱਥੇ ਰਹਿਣ ਦੇਣਾ ਉੱਥੇ ਜਗਰੂਪ ਨੂੰ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਆਪਣੇ ਭਰਾ ਨੂੰ ਸਮਝਾਓ ਆਪੇ ਹੀ ਸਮਝਾਊਗੀ ਮੈਂ ਆਪਣੇ ਭਰਾ ਨੂੰ ਕਿੱਥੇ ਛੱਡ ਮੈਨੂੰ ਇਹ ਤਾਂ ਦੱਸ ਦਿਓ ਵੀ ਮੈਂ ਕਿੱਥੇ ਛੱਡਦਾ ਹੁਣ ਤੱਕ ਮਾਂ ਲਈ ਬੈਠੀ ਸੀ ਤੁਹਾਨੂੰ ਕਦੇ ਕਿਹਾ ਸੀ ਉਹਨਾਂ ਨੇ ਕਦੇ ਦਵਾਈ ਲੈਣ ਨੂੰ ਕਦੇ ਕਿਤੇ ਨੂੰ ਕਦੇ ਮੈਨੂੰ ਤਕਲੀਫ ਦਿੱਤੀ ਆ ਹੁਣ ਜਦ ਉਹ ਹੀ ਨਹੀਂ ਰਹੀ ਫਿਰ ਹੁਣ ਮੈਂ ਦੱਸ ਕੀ ਕਰਾਂ ਚੱਲ ਹੁਣ ਚੱਲ ਦੇਖਦੇ ਹਾਂ ਫਿਰ
ਕਰਦੇ ਆ ਕੁਛ ਬੈਠੇ ਹੁੰਦੇ ਉਹਨਾਂ ਚੋਂ ਇੱਕ ਜਣਾ ਵੀ ਬੈਠਾ ਰਹਿੰਦਾ ਘੱਟੋ ਘੱਟ ਇਹਦੀ ਜੂਨ ਸੁਧਰੀ ਰਹਿੰਦੀ ਵਿਚਾਰੇ ਦੀ ਉਹ ਯਾਰ ਹੋਰ ਕਿਸੇ ਗੱਲ ਦੀ ਟੈਨਸ਼ਨ ਨਹੀਂ ਮੈਨੂੰ ਤਾਂ ਇਹ ਤੇ ਹੈ ਵੀ ਉਹ ਕੱਲ ਨੂੰ ਇਹਦੇ ਨਾਲ ਪਤਾ ਨਹੀਂ ਕੀ ਗੱਲਾਂ ਕਰੂਗੀ ਇਹਦਾ ਤਾਂ ਕੰਮ ਹੀ ਆ ਇਹ ਤਾਂ ਬਿਨਾਂ ਗੱਲ ਤੋਂ ਵੀ ਬੋਲਦੀ ਰਹਿੰਦੀ ਹੈ ਹਰ ਟਾਈਮ ਹੀ ਬੋਲਦੀ ਰਹਿੰਦੀ ਹੱਕ ਤਾਂ ਸਾਡਾ ਵੀ ਉੱਡਣਾ ਹੀ ਆ ਜਿੰਨਾ ਗੁਰਿੰਦਰ ਤਾਂ ਇਹਦਾ ਇੱਥੇ ਇਸ ਘਰ 'ਚ ਮੇਰਾ ਕੋਈ ਹੱਕ ਨਹੀਂ ਤੁਹਾਡਾ ਕੋਈ ਹੱਕ ਨਹੀਂ ਨਹੀਂ ਚੱਲ ਹੱਕ ਤਾਂ ਹੈਗਾ ਇਹਦੇ ਮੇਰੀ ਗੱਲ ਸੁਣੋ ਜੀ ਇਹਦੇ 20 ਰਿਸ਼ਤੇਦਾਰ ਆਉਂਦੇ ਨੇ ਕਦੇ ਕੋਈ ਭੈਣ ਆ ਗਈ ਕਦੇ ਭਰਾ ਆ ਗਿਆ ਕਦੇ ਕੋਈ ਆ ਗਿਆ ਮੇਰਾ ਕੌਣ ਆ ਦੱਸੋ ਮੇਰਾ ਤਾਂ ਭਰਾ ਏ ਇਹ ਵੀ ਰੱਬ ਦਾ ਮਾਰਿਆ ਹੋਇਆ ਪਤਾ ਨਹੀਂ ਕਿਹੜੇ ਜਨਮਾਂ ਦੀ ਸਜ਼ਾ ਦਿੱਤੀ ਆ ਸਾਨੂੰ ਰੱਬ ਨੇ ਇਹਨੂੰ ਕਿੱਥੇ ਸੁੱਟਦਾ ਮੈਂ ਦੱਸੋ ਚੱਲ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਐਵੇਂ ਨਾ ਉਹ ਕਰ ਹੁਣ ਮੇਰਾ ਤਾਂ ਤੁਹਾਡੇ ਤੱਕ ਹੀ ਸੀਗਾ ਹੁਣ ਤੁਸੀਂ ਵੀ ਐਂ ਕਰਨ ਲੱਗ ਗਏ ਚੱਲ ਕੋਈ ਨਹੀਂ ਆਪਾਂ ਲੈ ਆਉਂਦੇ ਆ ਦੇਖੀ ਜਾਊਗੀ ਜੋ ਹੁੰਦਾ ਹੋਈ ਜਾਣ ਤੇ ਜਗਰੂਪ ਨੂੰ ਲੈ ਆਉਂਦੇ ਆਪਾਂ ਘਰੇ ਹੋਰ ਦੱਸ ਉਹ ਤਾਂ ਦੇਖੋ ਭਲਾ ਹੀ ਆ ਹੁਣ ਉਹਨੂੰ ਐਂ ਸਿੱਟਾਂਗੇ ਤੁਹਾਨੂੰ ਵੀ ਅਗਲਾ ਕਹੂਗਾ ਵੀ ਜਵਾਈ ਭਾਈ ਵੀ ਨਹੀਂ ਸਾਂਭ ਸਕਦਾ ਨਾ ਨਾ ਐਵੇਂ ਨਹੀਂ ਸਿੱਟਣਾ ਆਪਾਂ ਨੇ ਆਪਾਂ ਲੈ ਆਉਂਗੇ ਉਹਨੂੰ ਹਾਂ ਮੈਂ ਤਾਂ ਲੈ ਕੇ ਆਉਣਾ ਆਪਾਂ ਚਾਚੀ ਵੀ ਦੁਖੀ ਆ ਆਪਾਂ ਲੈ ਆਉਂਦੇ ਹਾਂ ਕੋਈ ਗੱਲ ਨਹੀਂ ਦੇਖੀ ਜਾਓ ਜੋ ਹੁੰਦਾ ਆਪਾਂ ਲੈ ਆਉਂਦੇ ਹਾਂ ਮੈਂ ਕਹਿੰਦਾ ਚਾਚੀ ਨੂੰ ਫਿਰ ਸ਼ਾਮ ਨੂੰ ਲੈ ਆਈਏ ਉਹਨੂੰ ਚੱਲ ਕੋਈ ਨਹੀਂ ਦੇਖ ਆਪਾਂ ਜਗਰੂਪ ਨੂੰ ਤਾਂ ਘਰੇ ਲੈ ਆਉਂਦੇ ਹਾਂ ਪਰ ਮੇਰੀ ਇੱਕ ਗੱਲ ਸੁਣ ਲੈ ਹਾਂਜੀ ਜਗਰੂਪ ਕਰਕੇ ਸਾਡੇ ਦੋਵੇਂ ਭਰਾਵਾਂ 'ਚ ਕਲੇਸ਼ ਨਹੀਂ ਹੋਣਾ ਚਾਹੀਦਾ ਅਸੀਂ ਕਦੇ ਲੜੇ ਨਹੀਂ ਹੈਗੇ ਤੁਸੀਂ ਬੇਫਿਕਰ ਰਹੋ ਜੀ ਜਗਰੂਪ ਦੀ ਜ਼ਿੰਮੇਵਾਰੀ ਮੇਰੀ ਆ ਮੈਂ ਆਪੇ ਸਾਂਭੂਗੀ ਉਹਨੂੰ ਬਸ ਉਹਨੂੰ ਤਾਂ ਸਹਾਰਾ ਹੀ ਚਾਹੀਦਾ ਉਹਦੇ ਪਿੱਛੇ ਕੀ ਕਲੇਸ਼ ਪੈਣਾ ਹੈ ਠੀਕ ਹੈ ਫਿਰ ਚੱਲ ਠੀਕ ਹੈ ਫਿਰ ਮੈਂ ਚਾਚੀ ਨੂੰ ਫੋਨ ਕਰਦਾ ਠੀਕ ਹੈ ਠੀਕ ਹਨਾ ਮੈਂ ਉਹਨੂੰ ਫੋਨ ਕਰ ਦਿੰਦੀ ਹਾਂ ਵੀ ਅਸੀਂ ਸ਼ਾਮ ਨੂੰ ਆਉਂਦੇ ਹਾਂ ਠੀਕ ਹੈ ਪੱਕਾ ਨਾ ਹਾਂ ਹਾਂ ਠੀਕ ਚੱਲ ਠੀਕ ਹੈ ਫਿਰ ਯਾਰ ਜਗਰੂਪ ਨੂੰ ਲਿਆਉਣ ਲਈ ਹਾਂ ਤਾਂ ਕਰਤੀ ਪਰ ਕਿਤੇ ਉਹੀ ਨਾ ਕੰਮ ਹੋ ਜਾਵੇ ਘਰ 'ਚ ਉਰੇ ਲੜਾਈ ਕਲੇਸ਼ ਜਗਰੂਪ ਤਾਂ ਕਮਲਾ ਹੈਗਾ ਹੀ ਹੈ ਪਰ ਮੈਨੂੰ ਲੱਗਦਾ ਮੈਨੂੰ ਵੀ ਕਰੂਗਾ ਜੇ ਹੁਣ ਇਹਦੇ ਭਾਈ ਨੂੰ ਕੁਛ ਕਹੂੰਗੇ ਤਾਂ ਮੈਂ ਮਾੜਾ ਜੇ ਉੱਧਰ ਭਰਜਾਈ ਨੂੰ ਕੁਛ ਕਹੂੰਗੇ ਤਾਂ ਮੈਂ ਮਾੜਾ ਮੈਂ ਤਾਂ ਗੱਬੇ ਫਸ ਗਿਆ ਨਾ ਹੁਣ ਕਰੀਏ ਤਾਂ ਕਰੀਏ ਕੀ ਚਲੋ ਦੇਖਦੇ ਹਾਂ ਕੀ ਬਣਦਾ ਤੁਸੀਂ ਆਟਾ ਲੈਣ ਚੱਲਿਓ ਉਹ ਆਟਾ ਕਾਹਨੂੰ ਪ੍ਰਿੰਟ ਜਿਹਾ ਕਢਾਉਣਾ ਇੱਕ ਉਹ ਤਾਂ ਠੀਕ ਹੈ ਮੜ ਜੇ ਇਹਨੂੰ ਖੜਾ ਤਾ ਲਓ ਹੁਣ ਆਹ ਮੇਰੀ ਜਠਾਣੀ ਆਪਦੇ ਭਾਈ ਨੂੰ ਲਿਆਉਣ ਨੂੰ ਫਿਰਦੀ ਆ ਇੱਥੇ ਫਿਰ ਕੀ ਹੋ ਗਿਆ ਲਿਆਉਣ ਦੇ ਕਿੱਡੀ ਗੱਲ ਹੈਗੀ ਮੈਂ ਤਾਂ ਲਿਆਉਣ ਦੇ ਸੀਧਰਾ ਬੰਦਾ ਹੈਗਾ ਉਹ ਇੱਥੇ ਚੰਗਾ ਲੱਗਦਾ ਉਹ ਆਪਦੇ ਭੈਣ ਦੇ ਘਰੇ ਬੈਠਾ ਕਰਮਜੀਤ ਉਹ ਮਾਸੀ ਦੇ ਮਰਨ ਤੋਂ ਬਾਅਦ ਵਿਚਾਰੇ ਦਾ ਹੈ ਕੌਣ ਇੱਕ ਭੈਣ ਤਾਂ ਹੈਗੀ ਹੈ ਉਹਦੀ ਰੱਖਿਆ ਤਾਂ ਹੋਇਆ ਉਹਦੇ ਚਾਚੀਆਂ ਤਾਈਆਂ ਨੇ ਹੋਰ ਰਹਿ ਲੂਗਾ ਉੱਥੇ ਉਹ ਚਾਚੀ ਤਾਈ ਕਿਹਦੀ ਸਖੀ ਹੁੰਦੀ ਹੈ ਚਾਚੀ ਨੇ ਮੇਰੇ ਵੀ ਹੈਗੀਆਂ ਤੀਆਂ ਸਾਨੂੰ ਦੋਵੇਂ ਭਾਈਆਂ ਰੱਖਿਆ ਹੈਗਾ ਮੇਰੀ ਗੱਲ ਸੁਣੋ ਜੀ ਤੁਹਾਡਾ ਟੱਬਰ ਹੋਰ ਤਰ੍ਹਾਂ ਦਾ ਹੈਗਾ ਉਹਨਾਂ ਦਾ ਹੋਰ ਤਰ੍ਹਾਂ ਦਾ ਹੁਣ ਤੱਕ ਤਾਂ ਰੱਖੇ ਤੀ ਹੁਣ ਰੱਖ ਲਏ ਹੁਣ ਕੀ ਹੈਗਾ ਮੇਰੀ ਗੱਲ ਸੁਣੋ ਗੁੱਸਾ ਕਰੋ ਗੀਲਾ ਕਰੋ ਮੈਨੂੰ ਤਾਂ ਵੀ ਇਹ ਗੱਲ ਠੀਕ ਨਹੀਂ ਲੱਗਦੀ ਵੀ ਉਹ ਉਰੇ ਆ ਕੇ ਬੈਠੇ ਕੱਲ੍ਹ ਨੂੰ ਮੇਰੇ ਰਿਸ਼ਤੇਦਾਰ ਆਉਣਗੇ ਅਗਲਾ ਕੀ ਕਹੂਗਾ ਵੀ ਆਹ ਬਿਠਾ ਰੱਖਿਆ ਹੈਗਾ ਉਰੇ ਕਰਮਜੀਤ ਮੈਂ ਆਪਣੇ ਭਾਈ ਨੂੰ ਕਿਵੇਂ ਕਹਿ ਦਾਂ ਹੁਣ ਵੀ ਜਗਰੂਪ ਇੱਥੇ ਨਾ ਆਵੇ ਮੇਰੀ ਗੱਲ ਪੂਰਾ ਪਾਉਂਗਾ ਅੱਛਾ ਤੁਸੀਂ ਆਪਦਾ ਪੂਰਾ ਦੇਖੀ ਜਾਓ ਮੈਨੂੰ ਰੋਟੀਆਂ ਪਕਾਉਣੀਆਂ ਪੈਣਗੀਆਂ ਕੱਪੜੇ ਧੋਈਓ ਝੱਲੇ ਵੱਜਣ ਦੇ ਉਹ ਤੈਂ ਥੋੜੋ ਧੋਣੇ ਆ ਉਹਦੀ ਭੈਣ ਹੈ ਤਾਂ ਹੈ ਕਰਨ ਨੂੰ ਤੂੰ ਉਹ ਵੱਡੇ ਵੱਡੇ ਕੰਮ ਆਉਂਦੇ ਹੈਗੇ ਉਹ ਵੀ ਤਾਂ ਦੇਖੋ ਉਹ ਫਿਰ ਕੀ ਹੋ ਗਿਆ ਕੱਪੜੇ ਧੋਣ ਨੂੰ ਮਸ਼ੀਨ ਹੈਗੀ ਹੈ ਹੈ ਝਾੜੂ ਪੋਚਾਗਾ ਉਹ ਤਾਂ ਵੈਸੇ ਵੀ ਕਰਨਾ ਹੀ ਹੈ ਤੁਸੀਂ ਮੇਰੀ ਕਿੱਥੇ ਸੁਣਦੇ ਹੋ ਸੁਣਦੇ ਹੋ ਤਾਂ ਤੁਸੀਂ ਉਹਦੀ ਹੋਗੇ ਬੜਦੀ ਭਾਬੀ ਜੀ ਦੀ ਸੁਣੀ ਜਾਓ ਫਿਰ ਰੱਖੋ ਜੀ ਨੂੰ ਰੱਖਿਆ ਜਾਂਦਾ ਇੱਕ ਦੋ ਨੂੰ ਹੋਰ ਲਿਆਇਓ ਨਾਲ ਦਿਮਾਗ ਖਰਾਬ ਕਰਕੇ ਧਰਤਾ ਗੱਲ ਉਹ ਥੋੜੋ ਹੁੰਦੀ ਇੱਕ ਤਾਂ ਗੱਲ ਨਾ ਕਦੀ ਸੁਣੀ ਨਹੀਂ ਹੈ ਇਹਨੇ ਪਿਆਰ ਨਾਲ ਵਿਚਾਰਾ ਚਾਰ ਦਿਨ ਰਹਿ ਜੂ ਕਿਆ ਹੋਊਗਾ ਦੱਸ ਸਿੱਧਰਾ ਬੰਦਾ ਹੈਗਾ ਰੱਬ ਦਾ ਬੰਦਾ ਹੈਗਾ ਉਹ ਦੱਸ ਹੁਣ ਉਹ ਮੈਨੂੰ ਪੁੱਛੂਗਾ ਭਰਾ ਮੈਨੂੰ ਹਾਂ ਕਰੂੰਗਾ ਨਾ ਕਰੂੰਗਾ ਗੱਬੇ ਫਸ ਗਿਆ ਮੈਂ ਤਾਂ ਚੱਲ ਮੈਂ ਤਾਂ ਪ੍ਰਿੰਟ ਕਢਾ ਕੇ ਲਿਆਵਾਂ ਪਹਿਲਾਂ ਫਿਰ ਦੇਖਾਂਗੇ ਲੈ ਇਹਦਾ ਤਾਂ ਕਰਾ ਲਿਆਂਦਾ ਕੰਮ ਆਪਾਂ ਨੇ ਉਹ ਬੱਲੇ ਆ ਗਿਆ ਵੀਰ ਖੇਤ ਤੋਂ ਹਾਂ ਆ ਗਿਆ ਖੇਤ ਤੋਂ ਨਹੀਂ ਆਇਆ ਸ਼ਹਿਰ ਤੋਂ ਆਇਆ ਟਰੈਕਟਰ ਥੋੜ੍ਹਾ ਜਿਹਾ ਖਰਾਬ ਕਰਦਾ ਤਾ
ਅੱਛਾ 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 ਠੀਕ ਕਰਾ ਕੇ ਲਿਆਇਆ ਹੋਰ ਕਿੱਧਰ ਮਾਰਿਆ ਚੱਕਰ ਉਹ ਮੈਂ ਤਾਂ ਪ੍ਰਿੰਟ ਜਿਹਾ ਕਢਾਉਣਾ ਸੀ ਇੱਕ ਯਾਰ ਅੱਛਾ ਹਾਂ ਉਹ ਕਹਿੰਦਾ ਲਾਈਟ ਨਹੀਂ ਹੈਗੀ ਸ਼ਾਮ ਨੂੰ ਆਇਓ ਮੈਂ ਕਿਹਾ ਚੱਲ ਸ਼ਾਮ ਨੂੰ ਆ ਜਾਵਾਂਗੇ ਭਰਾ ਮੇਰਿਆ ਹਾਂ ਚਲੋ ਕੋਈ ਨਹੀਂ ਹਾਂ ਅੱਛਾ ਗੁਰਿੰਦਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਦੱਸੋ ਜੀ ਗੁਰਿੰਦਰ ਤੈਨੂੰ ਪਤਾ ਹੈ ਵੀ ਗਗਨ ਦਾ ਜਿਹੜਾ ਭਰਾ ਹੈ ਜਗਰੂਪ ਹਾਂ ਉਹ ਥੋੜ੍ਹਾ ਜਿਹਾ ਤੈਨੂੰ ਪਤਾ ਸ਼ੁਰੂ 'ਤੇ ਉਹਦੇ ਸੱਟ ਲੱਗੀ ਸੀ ਅਤੇ ਅਪਸੈਟ ਜਿਹਾ ਰਹਿੰਦਾ ਅਤੇ ਉਹ ਪਹਿਲਾਂ ਰਹਿੰਦਾ ਸੀ ਉਹਦੀ ਚਾਚੀ ਕੋਲ ਅਤੇ ਹੁਣ ਉਹਦੇ ਘਰ ਦੇ ਵਿੱਚ ਕੋਈ ਅਣਬਣ ਹੋ ਗਈ ਅਤੇ ਜਗਰੂਪ ਨੂੰ ਉੱਥੇ ਰਹਿਣਾ ਹੋ ਗਿਆ ਔਖਾ ਤੂੰ ਯਾਰ ਖੁੱਲ੍ਹ ਕੇ ਦੱਸ ਬੜੇ ਵੀਰ ਸਮਝ ਤਾਂ ਮੈਂ ਤੇਰੀ ਗੱਲ ਗਿਆ ਗੱਲ ਮੈਂ ਵੀ ਇੱਕ ਕਰਨੀ ਤੇਰੇ ਨਾਲ ਪਹਿਲਾਂ ਚੱਲ ਤੂੰ ਦੱਸ ਦੇਖ ਮੈਂ ਤਾਂ ਇਹੀ ਗੱਲ ਕਰਨੀ ਹੈ ਵੀ ਗਗਨ ਕੋਲ ਉਹਦੀ ਚਾਚੀ ਦਾ ਫੋਨ ਹੈ ਅਤੇ ਉਹ ਕਹਿੰਦੀ ਹੈ ਵੀ ਜਗਰੂਪ ਨੂੰ ਇੱਥੋਂ ਲੈ ਜਾਓ ਪਹਿਲਾਂ ਤਾਂ ਮੈਂ ਸੋਚਿਆ ਸੀ ਵੀ ਉਹਨੂੰ ਅਨਾਥ ਆਸ਼ਰਮ ਛੱਡਿਆ ਹੋਣਾ ਪਰ ਹੁਣ ਇਹ ਨਹੀਂ ਮੰਨਦੀ ਵੀ ਮੈਂ ਆਪਣਾ ਇਕੱਲਾ ਇਕੱਲਾ ਭਰਾ ਅਨਾਥ ਆਸ਼ਰਮ ਨਹੀਂ ਛੱਡਣਾ ਯਾਰ ਦੇਖ ਗੱਲ ਸੁਣ ਤੇਰੀ ਜਗ੍ਹਾ ਮੈਂ ਹੁੰਦਾ ਤਾਂ ਮੈਂ ਵੀ ਇਹੀ ਸੋਚਦਾ ਪਰ ਯਾਰ ਦੇਖ ਆਪਣੇ ਘਰ ਦਾ ਮਾਹੌਲ ਦੇਖ ਕੇ ਮੈਂ ਤੈਨੂੰ ਲੱਗਦਾ ਵੀ ਜਗਰੂਪ ਇੱਥੇ ਰਹਿ ਪਾਊਗਾ ਉਹ ਯਾਰ ਮੈਂ ਤੈਨੂੰ ਉਹੀ ਗੱਲ ਕਰਨੀ ਸੀ ਗੁਰਿੰਦਰ ਵੀ ਤੂੰ ਪਰਮਜੀਤ ਨੂੰ ਮਾੜਾ ਮੋਟਾ ਸਮਝਾ ਜਾ ਮੈਂ ਹੁਣ ਜਗਰੂਪ ਨੂੰ ਅਸੀਂ ਛੱਡੀਏ ਕਿੱਥੇ ਉੱਧਰ ਗਗਨ ਨਹੀਂ ਮੰਨਦੀ ਮੈਂ ਤਾਂ ਆਪ ਇਸ ਸੋਚ ਵਿੱਚ ਫਸਿਆ ਬੈਠਾ ਉਹ ਮੈਂ ਤਾਂ ਆਪ ਗੱਬੇ ਮੈਨੂੰ ਵੀ ਕਹਿੰਦੀ ਸੀ ਸਵੇਰੇ ਕਹਿੰਦੀ ਐਂ ਤਾਂ ਗੱਲ ਇੱਥੇ ਬਣਨਾ ਹੀ ਚਾਹੀਦਾ ਕੋਈ ਤੇਰੇ ਵਾਂਗੂ ਮੈਂ ਵੀ ਗੱਬੇ ਫਸਿਆ ਹੋਇਆ ਜੇ ਮੈਂ ਉਹਨੂੰ ਕਹਿੰਦਾ ਹੁਣ ਉਹ ਲੜਦੀ ਹੈ ਫਿਰ ਆਪਣੇ ਪੇਕੇ ਨੂੰ ਬੁਲਾ ਲੈਂਦੀ ਹੈ ਪੇਕੇ ਸੁਣਦੇ ਤਾਂ ਹੈ ਨਹੀਂ ਯਾਰ ਮੈਨੂੰ ਆ ਗਿਆ ਲੱਗ ਜਾਂਦੇ ਬੋਲਣ ਫਿਰ ਹੁਣ ਕਰਿਆ ਵੀ ਤਾਂ ਕੀ ਜਾਵੇ ਦੱਸ ਉਹ ਵੀ ਇਕੱਲਾ ਪਾਗਲ ਹੈ ਕੱਲ ਨੂੰ ਕੁਛ ਕਰ ਲਿਆ ਉਹਨੇ ਫੇਰ ਬਾਹਰ ਮੈਨੂੰ ਤਾਂ ਸਾਰੀ ਉਮਰ ਨੂੰ ਮਿਹਣਾ ਹੋ ਜਾਊਗਾ ਨਾ ਵੀ ਮੇਰੇ ਭਰਾ ਨੂੰ ਜੇ ਮੈਂ ਇੱਥੇ ਲਿਆਉਂਦੀ ਤਾਂ ਆਹ ਕੁਛ ਨਾ ਹੁੰਦਾ ਯਾਰ ਗੱਲਾਂ ਠੀਕ ਨਹੀਂ ਹੋਇਆ ਪ੍ਰੈਕਟੀਕਲ ਨਹੀਂ ਹੈਗਾ ਸਾਰਾ ਕੁਛ ਆ ਫਿਰ ਹੁਣ ਦੱਸ ਕੀ ਕਰੀਏ ਉਹ ਵੀ ਨਹੀਂ ਮੰਨਦੀ ਹੁਣ ਉਹਨੂੰ ਛੱਡਣਾ ਕਿਤੇ ਅਤੇ ਇੱਥੇ ਲਿਆਉਣ ਦੇ ਵਿੱਚ ਵੀ ਮੈਨੂੰ ਡਰ ਲੱਗਦਾ ਵੀ ਘਰ ਦੇ ਵਿੱਚ ਕੋਈ ਕਲੇਸ਼ ਨਾ ਹੋ ਜਾਵੇ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਹੋਰ ਤੇਰੀ ਇਸ ਤਰ੍ਹਾਂ ਦੀ ਯਾਰ ਜੇ ਰਿਸ਼ਤੇਦਾਰੀ ਹੁੰਦੀ ਤਾਂ ਮੈਂ ਕਦੋਂ ਦਾ ਛੱਡ ਦਿੰਦਾ ਉਹਨੂੰ ਯਾਰ ਦੇਖ ਮੈਂ ਕੁਛ ਨਹੀਂ ਕਹਿ ਸਕਦਾ ਨਾ ਤਾਂ ਤੈਨੂੰ ਮੈਂ ਇਹ ਕਹਾਂ ਵੀ ਲਿਆ ਨਾ ਮੈਂ ਤੈਨੂੰ ਕਹਾਂ ਵੀ ਨਾ ਲਿਆ ਦੇਖ ਮੈਂ ਤਾਂ ਤੇਰੇ ਨਾਲ ਸਹਿਮਤੀ ਤੇਰੀ ਚਾਹੁੰਦਾ ਤਾ ਵੀ ਤੂੰ ਦੱਸੇ ਮੈਨੂੰ ਵੀ ਕੀ ਕਰੀਏ ਕੱਲ ਨੂੰ ਤੂੰ ਮੈਂ ਇੱਥੇ ਲਿਆ ਕੇ ਉਹਨੂੰ ਖੜਾ ਕਰਦਾ ਅਤੇ ਤੂੰ ਮੈਨੂੰ ਕਹੇ ਵੀ ਵੀਰੇ ਤੂੰ ਮੈਨੂੰ ਪੁੱਛਿਆ ਇਸ ਕਰਕੇ ਮੈਂ ਤੇਰੇ ਨਾਲ ਗੱਲ ਤਾਂ ਕਰੀ ਆ ਵੀ ਤੂੰ ਕਰਮਜੀਤ ਨੂੰ ਸਮਝਾ ਲੈ ਉਹਨੂੰ ਇੱਕ ਵਾਰ ਤਾਂ ਇੱਥੇ ਲੈ ਕੇ ਆਉਣਾ ਪੈਣਾ ਯਾਰ ਦੇਖ ਮੈਂ ਤੈਨੂੰ ਮੋਟੀ ਜਿਹੀ ਗੱਲ ਦੱਸਦਾ ਮਾਂ ਪਿਓ ਜਾਣ ਤੋਂ ਬਾਅਦ ਆਪਾਂ ਕਦੇ ਨਹੀਂ ਲੜੇ ਹੈਗੇ ਠੀਕ ਹੈ ਆਪਾਂ ਨੂੰ ਪਤਾ ਵੀ ਤੂੰ ਕਿਵੇਂ ਖੇਤੀ 'ਚ ਉੱਪਰ ਆਇਆ ਮੈਂ ਨੌਕਰੀ ਕਰਕੇ ਉੱਪਰ ਆਇਆ ਕੱਲ੍ਹ ਨੂੰ ਇੱਕ ਛੋਟੀ ਜਿਹੀ ਗਲਤੀ ਕਰਕੇ ਆਪਣੇ ਦੋਵੇਂ ਭਰਾਵਾਂ 'ਚ ਲੜਾਈ ਨਾ ਹੋਵੇ ਲੋਕ ਤਮਾਸ਼ਾ ਦੇਖਣਗੇ ਉਹ ਇਸ ਲਈ ਤਾਂ ਗੁਰਿੰਦਰ ਮੈਂ ਤੇਰੇ ਨਾਲ ਗੱਲ ਕਰਨ ਲੱਗਿਆ ਵੀ ਹੁਣ ਇਹਦਾ ਤਾਂ ਮਸਲੇ ਦਾ ਕੋਈ ਹੱਲ ਤਾਂ ਕਰਨਾ ਪੈਣਾ ਤੂੰ ਵੀ ਵਿਚਾਲੇ ਫਸਿਆ ਵਾਂ ਅਤੇ ਮੈਂ ਵੀ ਫਸਿਆ ਹੋਇਆ ਮੈਂ ਉਹਨੂੰ ਕਿਤੇ ਹੋਰ ਛੱਡ ਨਹੀਂ ਸਕਦਾ ਕੋਈ ਰਿਸ਼ਤੇਦਾਰੀ 'ਚ ਨਹੀਂ ਛੱਡ ਸਕਦਾ ਜਦ ਉਹਨੂੰ ਆਪਣੇ ਸਕੇ ਸੰਬੰਧੀ ਨਹੀਂ ਰੱਖ ਸਕਦੇ ਉਹਨੂੰ ਰਿਸ਼ਤੇਦਾਰੀ 'ਚ ਦੱਸ ਕਿੱਥੇ ਛੱਡਾਂ ਯਾਰ ਤੂੰ ਇੱਦਾਂ ਕਰ ਯਾਰ ਤੂੰ ਮਰਜ਼ੀ ਕਰ ਆਪਣੀ ਯਾਰ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਤੂੰ ਲਿਆਏਗਾ ਤਾਂ ਵੀ ਤੇਰੇ ਨਾਲ ਨਹੀਂ ਲਿਆਏਗਾ ਤਾਂ ਵੀ ਤੇਰੇ ਨਾਲ ਹੋਰ ਦੱਸ ਚੱਲ ਠੀਕ ਆ ਮੈਂ ਤਾਂ ਬਸ ਇਹੀ ਕਹਿਣਾ ਤੂੰ ਹਾਂ ਚੱਲ ਠੀਕ ਆ ਆ ਜਾ ਫਿਰ ਚੱਲ ਹਾਂ ਚੱਲ ਬਈ ਜਗਰੂਪ ਸਿੰਘ ਆ ਜਾ ਜਗਰੂਪ ਆ ਜਾ ਬਾਹਰ ਆ ਜਾ ਇੱਧਰ ਨੂੰ ਇੱਧਰ ਨੂੰ ਹਾਂ ਪੈਰ ਠੀਕ ਕਰ ਲੈ ਚੱਲ ਹੌਲੀ ਹੌਲੀ ਆਰਾਮ ਨਾਲ ਆਰਾਮ ਨਾਲ ਚੱਲ 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 ਆ ਜਾ ਦੀਦੀ ਆਪਾਂ ਕਿੱਥੇ ਆਏ ਦੇਖ ਦੇਖ ਕਿੱਥੇ ਆਏ ਆ ਦੀਦੀ ਦੇ ਘਰੇ ਆਏ ਆ ਆ ਜਾ ਘਰੇ ਆ ਗਿਆ ਆ ਜਾ ਆ ਜਾ ਹਾਂ ਆ ਮੇਰਾ ਵੀਰ ਚੱਲ 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 ਇੱਕ ਹੋਰ ਦੀਦੀ ਆ ਤੇਰੀ ਠੀਕ ਆ ਹੈ ਆ ਗੇਟ ਜਾ ਕੀ ਖੜ ਕੇ ਦੇਖਾ ਤਾਂ ਸੀ ਲੋ ਆ ਲਿਆਏ ਸੰਧਾਰੇ ਨੂੰ ਪਕਾਈ ਜੋ ਇਹਨਾਂ ਦੇ ਲੰਗਰ ਆਪਾਂ ਤੋਂ ਤਾਂ ਬਈ ਹੁੰਦਾ ਨਹੀਂ ਹੈਗਾ ਕੌਣ ਭੂਮੇ ਮਰਚਾਂ ਸਿੱਧਾ ਤਾਂ ਤੂੰ ਤੁਰੇ ਨਹੀਂ ਜਾਂਦਾ ਚਾਹ ਨੂੰ ਕਹੋਗੇ ਪਹਿਲੀ ਵੜ ਜਾਓ ਆਪਦੇ ਕਮਰੇ 'ਚ ਚੱਲ ਅੰਦਰ ਚੱਲ
ਪਹੁੰਚਾ ਕੇ ਤੁਸੀਂ ਲੈ ਜਾਓ, ਮੈਂ ਦਰਵਾਜ਼ਾ ਬੰਦ ਕਰਾਂ। ਹਾਂ ਪਤਾ ਨਹੀਂ ਕੀ ਹੋਊਗੀ, ਇਹਦਾ ਕੋਈ ਪਤਾ ਵੀ ਨਹੀਂ ਲੱਗਦਾ ਹੈਗਾ, ਬੋਲਣ ਹੀ ਨਾ ਲੱਗ ਜਾਵੇ। ਗਗਨ ਤੂੰ ਇੱਥੇ ਬੁੜਬੁੜ ਕਰੀ ਜਾਂਦੀ ਹੈ। ਬੁੜਬੁੜ ਕੀ ਜੀ, ਮੈਨੂੰ ਡਰ ਲੱਗਦਾ ਪੱਲੇ ਤਾਂ ਇਹ ਕਿਤੇ ਉਹਦੇ ਨਾਲ ਪਤਾ ਨਹੀਂ ਕਿਵੇਂ ਬੋਲੂਗੀ। ਨਾ ਨਾ ਡਰਨ ਦੀ ਕੋਈ ਗੱਲ ਨਹੀਂ, ਮੈਂ ਗੁਰਿੰਦਰ ਨਾਲ ਗੱਲ ਕਰ ਲਈ ਸੀ। ਅੱਛਾ, ਉਹਨੇ ਮੈਨੂੰ ਕਹਿ ਦਿੱਤਾ ਕਹਿੰਦਾ ਵੀਰੇ ਜਿਵੇਂ ਮਰਜ਼ੀ ਕਰ ਲਾ ਤੂੰ। ਚੱਲ ਸ਼ੁਕਰ ਹੈ, ਤੇ ਸਮਝਾਤਾ ਸੀ ਨਾ ਚੰਗੀ ਤਰ੍ਹਾਂ। ਸਭ ਕੁਝ ਸਮਝਾਤਾ, ਤੂੰ ਚੱਲ ਅੰਦਰ ਉਹਨੂੰ ਦੇਖ। ਹਾਂ ਠੀਕ ਹੈ। ਆ ਜਾ ਜਗਰੂਪ, ਉੱਪਰ ਬੈਠ ਵੀਰੇ, ਥੱਲੇ ਨਹੀਂ ਬੈਠੀ ਦਾ, ਉੱਤੇ ਬੈਠ। ਚੱਲ ਮੇਰਾ ਵੀਰ, ਆ ਜਾ, ਠੰਡ ਠੰਡ ਚੜ੍ਹ ਜਾਂਦੀ ਹੁੰਦੀ ਹੈ। ਚੱਲ ਉੱਪਰ ਉੱਠ ਉੱਠ ਉੱਠ, ਹੈ ਕਮਲਾ ਥੱਲੇ ਬੈਠ। ਹਾਂ ਉੱਪਰ ਬੈਠ, ਚੱਲ ਇੱਥੇ ਇੱਥੇ ਬਹਿ ਜਾ, ਇੱਥੇ ਇੱਥੇ ਬੈਠ ਕੇ ਖੇਡ ਆਰਾਮ ਨਾਲ। ਹਾਂ ਛੋਟੀ ਦੀਦੀ ਹੈ। ਸਤਿ ਸ੍ਰੀ ਅਕਾਲ ਬੁਲਾ ਦੀਦੀ ਨੂੰ। ਸਤਿ ਸ੍ਰੀ ਅਕਾਲ ਬੁਲਾ, ਮੈਨੂੰ ਨਾ ਕਹਿ ਕਰ ਦੀਦੀ ਦੂਦੀ, ਏਸੇ ਨੂੰ ਕਹਿ ਲਿਆ ਕਰ। ਐਂ ਕਿਉਂ ਕਹਿਣੀ ਆ ਕਰਮਜੀਤ? ਕਹਿੰਦੀ ਐਂ ਕਿਉਂ ਕਹਿਣੀ ਆ ਦੀਦੀ, ਤੁਹਾਨੂੰ ਨਹੀਂ ਪਤਾ ਹੈਗਾ ਵੀ ਦੋ ਘੜੀ ਪੈਣਾ ਹੁੰਦਾ ਦੁਪਹਿਰੇ ਟਾਈਮ, ਸਵੇਰੇ ਕੰਮ ਸ਼ਾਮ ਨੂੰ ਕੰਮ, ਉਹੀ ਤੁਸੀਂ ਗਾਹ ਪਾ ਲੈਂਦੇ ਸੀਗਰ ਦੁਪਹਿਰੇ। ਸੁਣ, ਉਹ ਕਿਹੜਾ ਜਮਾਨਦਰੂ ਹੀ ਆਏ ਆ, ਉਹ ਰੱਬ ਨੇ ਕੋਈ ਸਜ਼ਾ ਦਿੱਤੀ ਮੇਰੇ ਮਾਂ ਬਾਪ ਨੂੰ, ਤੂੰ ਉਹਦੇ ਸਾਹਮਣੇ ਹੀ ਕਹੀ ਜਾਂਦੀ ਆ। ਤੂੰ ਨਹੀਂ ਪੁੱਛਣਾ ਨਾ ਪੁੱਛ, ਘੱਟੋ ਘੱਟ ਐਂ ਤਾਂ ਨਾ ਕਹਿ। ਮੇਰੀ ਗੱਲ ਸੁਣੋ, ਆਪਦੇ ਕਮਰੇ 'ਚ ਨਾ ਅੰਦਰ ਕੁੰਡੀ ਲਾ ਲਿਆ ਕਰ, ਨਹੀਂ ਇਹਨੂੰ ਬਾਹਰ ਮੰਜੇ 'ਤੇ ਬਿਠਾ ਦਿਆ ਕਰ, ਇੱਥੇ ਨਾ ਗਾਹ ਪਵਾਇਆ ਕਰ ਬਰਾਂਡੇ 'ਚ। ਚੱਲ ਕੋਈ ਨਹੀਂ, ਮੈਂ ਸਮਝਾ ਦੂੰਗੀ, ਤੂੰ ਹੀ ਨਾ ਬੋਲੀ ਜਾਇਆ ਕਰ। ਆਹੋ ਆ ਦੇਖੀ, ਖਾਣ ਦੇ ਚੱਜ ਦੇਖੀ, ਅੱਧਾ ਬਾਹਰ ਅੱਧਾ ਮੂੰਹ 'ਚ, ਉਰੇ ਨਾ ਗੰਦ ਪਾ ਦੇ ਹੁਣ। ਚੱਲ ਪੁੱਛ ਕਰੇ ਦੀ ਨਿਆਣਾ ਹੈ, ਉਹ ਤਾਂ ਰੱਬ ਦਾ ਬੰਦਾ ਹੈ, ਰੱਬ ਦਾ ਹੀ ਪਹਿਲਾਂ ਹੀ ਮਾਰ ਪਈ ਹੋਈ ਆ, ਤੂੰ ਕਿਉਂ ਬੋਲੀ ਜਾਂਦੀ ਆ? ਮਾਰ ਪਈ ਹੋਈ ਹੈਗੀ, ਫਿਰ ਬਾਹਰ ਬਿਠਾ ਲੈ ਇਹਨੂੰ, ਲੈ ਦੇਖ ਲੈ ਫਿਰ, ਇਹਨੂੰ ਖਰਾਬ ਕਰਨਾ ਫੜਾ ਇੱਧਰ। ਇਹ ਕਿਧਰੇ ਨਹੀਂ ਖਰਾਬ ਹੁੰਦਾ, ਹੋਰ ਲੈ ਆਵਾਂਗੇ। ਕੋਈ ਨਹੀਂ ਕੋਈ ਨਹੀਂ, ਖਰਾਬ ਕਰ ਦਿੰਦੇ ਤੈਨੂੰ, ਤੈਨੂੰ ਹੋਰ ਲੈ ਕੇ ਦੇਵਾਂਗੇ ਬੱਚੇ, ਤੈਨੂੰ ਹੋਰ ਲੈ ਕੇ ਦੇਵਾਂਗੇ। ਕੋਈ ਨਹੀਂ, ਮੈਨੂੰ ਨਾ ਗੱਡੀ ਘੱਟ ਲੱਗਦੀ ਹੈ, ਇੱਕ ਮੇਰਾ ਦੱਬਾ ਪੁੱਤਾ ਹੋ ਗਿਆ। ਇਹਦੇ ਵਿੱਚ ਸੋਨੂੰ ਬੈਠੂਗਾ, ਇਹਦੇ ਵਿੱਚ ਸੁੱਥਾ ਬੈਠੂਗਾ, ਇਹਦੇ ਵਿੱਚ ਭੋਲਾ ਬੈਠੂ, ਇਹਦੇ ਵਿੱਚ ਸੋਨੀ ਬਹਿ ਜੂਗਾ। ਹੈਂ ਨਹੀਂ, ਜ਼ਿਆਦਾ ਲੰਬੀ ਹੋ ਜੂਗੀ। ਮੇਰੀ ਕੱਦੀ ਹੋਰ ਲੰਬੀ ਹੋ ਜੂ ਹੈ ਨਾ। ਇੱਕ ਡੱਬਾ ਦੋ
ਓਏ ਕਿੱਡੀ ਵੱਡੀ ਹੋਈ ਹੈ ਧੁੱਪ ਹੋਣ ਆਈ ਆ ਮਾੜੀ ਜੀ, ਸਿਰ ਧੁਕੀ ਜਾ ਰਿਹਾ, ਦੇਖੇ ਕੋਈ ਕੰਮ ਧੰਦਾ ਹੈ। ਚੱਪਲ ਕਿੱਧਰ ਗਈ? ਇੱਥੇ ਵੀ ਨਹੀਂ ਹੈਗੇ ਹੈ। ਹਾਏ ਹਾਏ, ਲੈ ਉਹ ਬੈਠਾ ਹੈਗਾ ਚੱਪਲਾਂ ਲਈ। ਆ ਕੀ ਕਰਦੇ ਹੈਗਾ, ਸਾਰੀਆਂ ਚੱਪਲਾਂ ਦੇ ਮਿੱਟੀ ਪਾਤੀ। ਚੱਪਲਾਂ ਦੇ ਮੇਰੀ ਇੱਧਰ, ਗੱਦੀ ਆ ਮੇਰੀ ਤੇ ਤੂੰ, ਤੈਨੂੰ ਹੁਣ ਕੱਢੀ ਫੜਾ ਇੱਧਰ, ਚੱਪਲ ਦੇ ਇੱਧਰ ਮੇਰੀ, ਗੱਦੀ ਛੱਡ ਦੇ ਦੀਦੀ, ਮਗਰ ਕੋਣੂ ਕੰਨ ਦੇ ਮੇਰੀ ਚੱਪਲ, ਚੱਪਲਾਂ ਦੇ। ਦਿਮਾਗ ਖਰਾਬ ਕਰਿਆ ਗਿਆ, ਕਿੱਥੇ ਝੱਲੇ ਵੱਜੇ ਲੱਗੇਗੇ ਇੱਥੇ, ਕੰਨ ਤੇ ਮਰੂ ਮੈਂ, ਦੇਖਦੇ ਸੀ ਕੀ ਹੋ ਗਿਆ। ਹਜੇ ਹਜੇ ਰੋ ਕੇ ਦਿਖਾਉਂਦਾ ਹੈਗਾ, ਕੰਨ ਤੇ ਮਰੂ ਮੈਂ, ਦੋ ਮਾਰੀ ਜਾਨੀ, ਕੀ ਹੋ ਗਿਆ, ਆ ਦੇਖ ਲੋ ਕੀ ਹਾਲ ਕਰੇ, ਕੀ ਹੋ ਗਿਆ ਫਿਰ, ਚੱਪਲਾਂ ਹੀ ਨੇ ਜਦ ਤੇਰਾ ਕੀ ਸੋਨਾ ਚੱਕ ਲਿਆ ਉਹਨੇ, ਉਹੀਆਂ ਬੋਲੀ ਜਾਂਦੇ, ਆ ਦੇਖ ਸਾਰੀ ਜਰਾਬ ਲਿਬੜ ਗਈਆਂ ਮੇਰੀਆਂ, ਲਿਬੜ ਗਈਆਂ ਫਿਰ ਮੈਂ ਧੋ ਦੂੰਗੀ, ਕੋਈ ਗੱਲ ਨਹੀਂ, ਸਮਝਾ ਲਿਆ ਕਰੇ ਇਹਨੂੰ, ਮਾੜਾ ਇੰਨਾ ਰੌਲਾ ਪਾਉਂਦੀ ਹੈ, ਆ ਜਾ ਨਾਲੇ ਆ ਕਿਵੇਂ ਬਟਨ ਕਿਤੇ, ਚੱਲ ਕੀ ਹਾਲ ਕਰੇ, ਸਾਰੀਆਂ ਚੱਪਲ ਇਹਨਾਂ ਨੂੰ ਵੀ ਧੋ ਦੀ, ਹੁਣ ਧੋ ਦੂੰਗੀ, ਉਹੀ ਬੋਲਦੀ ਰਹਿੰਦੀ, ਛੱਡ ਕਿਉਂ ਮਾਰੀ ਜਾਂਦੀ ਹੈ ਉਹਨੂੰ, ਐਵੇਂ ਛੱਡ ਦੇ ਪੁੱਤ, ਮੈਂ ਹੋਰ ਲੈ ਦੂੰਗੀ ਵੀਰੇ ਤੈਨੂੰ, ਆ ਜਾ ਅੰਦਰ, ਇਹਦਾ ਤਾਂ ਕੰਮ ਇਹੀ ਆ, ਹਰ ਟਾਈਮ ਇਹਨੂੰ ਮੁੰਡੇ ਨੂੰ ਬੋਲਦੀ ਰਹਿੰਦੀ ਆ, ਜਲੂਸ ਕੱਢਿਆ, ਹਰ ਟਾਈਮ ਨਹੀਂ ਬੋਲਦੀ ਰਹਿੰਦੀ, ਚੱਪਲਾਂ ਹੀ ਨੇ ਖਾ ਗਿਆ ਸੀ ਜੀ ਚੱਪਲਾਂ, ਹਜੇ ਕਿਹਨੇ ਖਾ ਗਿਆ ਦੀ, ਲੈ ਉਹਨੇ ਸਮਝਾਉਣਾ ਤੇ ਕੀ ਦੀਗਾ, ਹੁਣ ਤਾਂ ਮੈਨੂੰ ਕਹਿ ਰਹੀ ਹੈਗੀ, ਆ ਵੀ ਲੈ ਕੇ ਜਾਏ ਚੱਪਲਾਂ, ਇੱਥੇ ਬੈਠ, 15 ਇਕੱਠੀਆਂ ਕਰਕੇ ਬੈਠਾ ਹੈਗਾ ਉਰੇ, ਕੀ ਹਾਲ ਕਰਦੇ ਨੇਗੇ, ਕੱਢਿਆ ਬਹਿ ਕੇ ਜਲੂਸ ਇਹਨਾਂ ਨੇ। ਜਗਰੂਪ ਦੁੱਧ ਪੀ ਲਿਆ? ਆ ਦੇਖ ਲੈ ਫੇਰ ਲੱਗਿਆ ਪਿਆ ਚੱਪਲਾਂ ਨੂੰ, ਆਰਾਮ ਨਾਲ ਪੀ, ਉੱਥੋਂ ਚੜ ਜਾਂਦਾ ਹੁੰਦਾ, ਲਿਆ ਲਿਆ ਲੈ ਫੜਾ ਲੈ ਫੜਾ, ਮੇਰੀ ਗੱਲ ਸੁਣ, ਕਿਉਂ ਇਹਨਾਂ ਚੱਪਲਾਂ ਨਾਲ ਤੈਨੂੰ ਹੋਰ ਕੋਈ ਖੇਡ ਹੀ ਨਹੀਂ ਮਿਲਦੀ, ਹਰ ਟਾਈਮ ਜੁੱਤੀਆਂ ਨਾਲ ਖੇਡਦਾ ਰਹਿੰਦਾ, ਪਹਿਲਾਂ ਦੇਖ ਲੈ ਤੇਰੀ ਦੀਦੀ ਕਿੰਨਾ ਬੋਲ ਕੇ ਗਈ ਆ, ਇਹਦੇ ਪਿੱਛੇ ਵੀ ਕਲੇਸ਼ ਪੈ ਜਾਂਦਾ, ਨਾ ਖੇਡਿਆ ਕਰ ਜੁੱਤੀਆਂ ਨਾਲ, ਕੋਈ ਹੋਰ ਖੇਡ ਖੇਡ ਲਿਆ ਕਰ, ਹਰ ਟਾਈਮ ਇਹ ਜੁੱਤੀਆਂ ਮੈਨੂੰ ਦੇ ਦਿੰਦੀ ਆ, ਲਿਆ ਕੇ ਦਿੰਦੀ ਆ ਡੋਗੀ, ਹੁਣ ਨੀ ਛੇੜਨੀ ਆ ਜੁੱਤੀਆਂ, ਸੁਣ ਗਿਆ, ਹਾਂ ਇੱਥੇ ਬਹਿ ਜਾ ਧੁੱਪ 'ਚ, ਬਾਹਰ ਨੀ ਜਾਣਾ, ਆਉਂਦੀ ਆ ਮੈਂ ਹੁਣੇ ਰੋਟੀ ਬਣਾ ਕੇ ਆਉਂਦੀ ਆ, ਠੀਕ ਆ, ਜਾਣਾ ਨੀ ਗਾ। ਕੀ ਕਰਦੀ ਆ ਪਰਮਜੀਤ? ਮੈਂ ਤਾਂ ਰੋਟੀ ਲੱਗਦੀ ਤੀ ਦੀਦੀ। ਹਾਂ ਤੁਸੀਂ ਨਾ ਆਹ ਗਲਾਸ ਬਾਹਰ ਹੀ ਰੱਖ ਲਓ। ਕਿਉਂ, ਇਹਨੂੰ ਕੀ ਹੋ ਗਿਆ? ਲਾਲਾਂ ਜੀਆਂ ਗਿਰੀ ਜਾਂਦਾ ਨਾ, ਉਹ ਮੈਂ ਤਾਂ ਕਹਿੰਦੀ ਤੀ ਬਾਹਰ ਰੱਖ ਲਓ, ਇਸ ਲਈ ਤਾਂ ਮੈਨੂੰ ਐਂ ਦੱਸ, ਇਹਦੇ ਵਿੱਚ ਉਹਨੂੰ ਪਾਣੀ ਪੂਣੀ ਦੇ ਦਿਆ ਕਰੋ ਦੀਦੀ, ਪਹਿਲਾਂ ਮੇਰੀ ਗੱਲ ਸੁਣ ਲਓ। ਗੱਲ ਤਾਂ ਤੇਰੀ ਸੁਣ ਲਈ ਮੈਂ, ਮੇਰੀ ਗੱਲ ਸੁਣ, ਤੂੰ ਕਿਉਂ ਉਹਦੇ ਨਿਆਣੇ ਦੇ ਮਗਰ ਪਈ ਜਾਂਦੀ ਆ? ਮੈਂ ਮੰਗਰ ਨਹੀਂ ਪਈ ਦੀਦੀ, ਮੈਂ ਪਿਆਰ ਨਾਲ ਕਹਿ ਰਹੀ ਹਾਂ ਵੀ ਇਹ ਗਲਾਸ ਬਾਹਰ ਰੱਖ ਲਓ, ਇਹਦੇ ਵਿੱਚ ਪਾਣੀ ਪੂਣੀ ਦੇ ਦਿਆ ਕਰੋ। ਕਰਮਜੀਤ ਦੇਖ, ਉਹ ਰੱਬ ਦਾ ਮਾਰਿਆ ਪਹਿਲਾਂ ਹੀ ਆ, ਤੂੰ ਕਿਉਂ ਨਿੱਕੀ ਨਿੱਕੀ ਗੱਲ 'ਤੇ, ਮੈਂ ਮਾਂਜ ਦੂੰਗੀ ਭਾਂਡੇ, ਤੈਨੂੰ ਨਹੀਂ ਕਹਿੰਦੀ ਮੈਂ ਮਾਂਜਣ ਨੂੰ, ਪਰ ਐਂ ਨਾ ਕਰਿਆ ਕਰ, ਦੇਖ ਮੇਰਾ ਇੱਕੋ ਇੱਕ ਭਰਾ ਹੈ, ਮੇਰਾ ਤਾਂ ਕੋਈ ਹੋਰ ਹੈ ਹੀ ਨਹੀਂ, ਤੂੰ ਕਿਉਂ ਹਰ ਗੱਲ 'ਤੇ ਖਿਝੀ ਜਾਂਦੀ ਆ? ਦੇਖ ਦੀਦੀ ਮੈਨੂੰ ਵੀ ਪਤਾ ਵੀ ਤੇਰਾ ਇੱਕ ਭਰਾ ਹੈਗਾ, ਪਰ ਇਹ ਗਲਾਸ ਨਾ ਮੈਨੂੰ ਤਾਂ ਉਰੇ ਚੰਗਾ ਨਹੀਂ ਲੱਗਦਾ, ਨਹੀਂ ਫਿਰ ਅਸੀਂ ਕਿਚਨ 'ਚੋਂ ਬਾਹਰ ਹੋ ਜਾਂਦੇ, ਤੁਸੀਂ ਨਹੀਂ, ਇਹ ਕਿਹੜੀ ਗੱਲ, ਮੈਂ ਧੋ ਦੂੰਗੀ ਸਾਰੇ ਭਾਂਡੇ, ਮੈਂ ਧੋ ਦਿਆ ਨਾ, ਉਹ ਅਲੱਗ ਰੱਖੋ ਬਈ ਭਾਂਡਾ, ਬਸ ਇਹ ਕੋਈ ਗੱਲ ਨਾ, ਮੈਂ ਰੋਟੀ ਮੈਂ ਲੱਗ ਜੂੰਗੀ, ਤੁਸੀਂ ਉਹਦਾ ਗਲਾਸ ਲੈ ਲਓ। ਉਹ ਤਾਂ ਪਹਿਲਾਂ ਹੀ ਰੱਬ ਦਾ ਮਾਰਿਆ ਹੋਇਆ, ਤੂੰ ਹਰ ਗੱਲ ਤੇ ਆਡਾ ਬੰਨ ਲੈਂਦੀ ਆ ਕਰਮਜੀਤ, ਉਹਦੇ ਨਾਲ ਦੱਸ ਹੁਣ ਮੈਂ ਕਿੱਦਾਂ ਲੱਗ ਰਹੀ ਆ।
ਗਲਾਸ ਲੈ ਜਾਓ ਆਪਣਾ। ਚੱਲ ਫਿਰ ਤੂੰ ਰਹਿਣ ਦੇ, ਉਹਦੀ ਰੋਟੀ ਨਾ ਪਕਾਈ, ਮੈਂ ਆਪੇ ਪਕਾ ਕੇ ਦੇ ਦੂੰਗੀ ਉਹਨੂੰ ਰੋਟੀ। ਠੀਕ ਹੈ ਜੀ, ਹਾਂ ਤੁਸੀਂ ਆਪਣੇ ਦੋਹਾਂ ਜੀਆਂ ਦੀ ਬਣਾ ਲਓ, ਮੈਂ ਆਪੇ ਬਣਾ ਲੂੰਗੀ ਰੋਟੀ ਉਹਦੀ। ਲੈ ਦੱਸ, ਕਹੋ ਸਿੱਧਾ, ਸਮਝੂਗੀ ਪੁੱਠਾ ਵੀ ਦੱਸ, ਮਨ ਪੱਕੀਆਂ ਲਾਲਾਂ ਲਾਈਆਂ ਪਈਆਂ ਨੇ ਗਲਾਸ ਨੂੰ ਸਾਰੇ ਭਾਂਡੇ ਦੇ ਵਿੱਚ ਰੱਖ ਕੇ, ਤੂੰ ਚੱਕ ਕੇ ਬਾਹਰ ਲੈ ਜਾ। ਹੈਂ ਦੱਸ, 100 ਬਿਮਾਰੀਆਂ ਲਾਊ, ਸਾਰਾ ਦਿਨ ਉਹ ਚੱਪਲਾਂ ਕੜੀ ਜਿੱਦ ਰਹਿੰਦਾ, ਪਤਾ ਨਹੀਂ ਕਿਤੇ ਕਿਤੇ ਹੱਥ ਲਾਉਂਦਾ। ਕੋਈ ਨਾ, ਬਾਹਰ ਚੱਕ ਕੇ ਸਿੱਟ ਕੇ ਆਉਂਗੇ ਇਹਦਾ ਗਲਾਸ ਜਿਹਾ। ਮੈਂ ਆਪਦੇ ਦੋ ਰੋਟੀਆਂ ਪਕਾ ਲੈਣੀ, ਆਪਦੇ ਪਕਾਵੇ ਆਪਦੀਆਂ ਖਾਵੇ, ਸਾਨੂੰ ਕੀ ਹੈਗਾ। ਕੀ ਲੱਭੀ ਜਾਂਦੇ ਹੋ, ਮੇਰੀ ਗੱਲ ਸੁਣੋ ਜੀ। ਓ ਯਾਰ, ਮੈਂ ਤਾਂ ਆਪਣੀ ਪੱਗ ਦੇਖਦਾ ਸੀ। ਤੁਸੀਂ ਮੇਰੀ ਗੱਲ ਸੁਣੋ ਪਹਿਲਾਂ। ਹਾਂ, ਹੁਣ ਦੇਖ ਲਓ ਕਰਮਜੀਤ ਕੀ ਕੁਛ ਕਰਦੀ ਆ। ਕੀ ਕਰਦੀ ਆ? ਗਲਾਸ ਪਿੱਛੇ ਲੜ ਪਈ ਮੇਰੇ ਨਾਲ, ਕਹਿੰਦੀ ਇਹਦੀ ਲਾਲਾਂ ਵਾਲਾ ਗਲਾਸ ਮੈਂ ਨਹੀਂ ਮਾਂਜਣਾ। ਦੱਸ, ਉਹ ਤਾਂ ਪਹਿਲਾਂ ਹੀ ਰੱਬ ਦਾ ਮਾਰਿਆ ਹੋਇਆ ਏ। ਨਿੱਕੀ ਨਿੱਕੀ ਗੱਲ 'ਤੇ ਲੜੀ ਜਾਂਦੀ ਆ, ਮੈਂ ਚੁੱਪ ਹਾਂ ਵੀ ਮੇਰੀ ਮਜਬੂਰੀ ਆ, ਮੈਂ ਚੁੱਪ ਹਾਂ, ਕਿੰਨੀ ਦੇਰ ਚੁੱਪ ਰਹੂੰਗੀ? ਗਗਨ, ਮੈਂ ਤੈਨੂੰ ਤਾਂ ਹੀ ਸਮਝਾਇਆ ਸੀ ਵੀ ਆਪਣੇ ਘਰ 'ਚ ਆਹੀ ਕੁਛ ਹੋਣਾ, ਹੁਣ ਤੈਨੂੰ ਭਰਜਾਈ ਦੇ ਸੁਭਾਅ ਦਾ ਹੀ ਪਤਾ। ਜੇ ਹੁਣ ਮੈਂ ਆਹੀ ਗੱਲਾਂ ਗੁਰਿੰਦਰ ਕੋਲ ਕਰੂੰਗਾ ਫਿਰ ਉਹਨਾਂ ਨੇ ਕਹਿਣਾ ਭੜਕਾ ਤਾ। ਨਹੀਂ ਫਿਰ ਹੁਣ ਦੱਸੋ, ਹੁਣ ਆਪਾਂ ਕੀ ਕਰਾਂਗੇ? ਮੇਰੀ ਗੱਲ ਸੁਣ, ਤੂੰ ਆਪਣੇ ਠੰਡਾ ਦਿਮਾਗ ਰੱਖਿਆ ਕਰ, ਹੈਂ, ਜਗਰੂਪ ਨੂੰ ਵੀ ਮਾੜਾ ਮੋਟਾ ਸਮਝਾਇਆ ਕਰ। ਮੈਂ ਬੰਦਾ ਹੀ ਹਾਂ, ਕਿੰਨਾ ਕੁ ਬਰਦਾਸ਼ਤ ਕਰਾਂ, ਹਮੇਸ਼ਾ ਚੁੱਪ, ਕੱਲ ਪਰਸੋਂ ਉਹਨੂੰ ਕੁੱਟਣ ਲੱਗ ਗਈ ਹੈ, ਜਾਜੀਗਰ ਤਾਂ ਥੱਪੜ ਮਾਰ ਦਿੰਦੀ ਹੈ। ਚੱਲ ਹੁਣ ਉਹਦਾ ਸੁਭਾਅ ਹੈ, ਕਿਆ ਕਰੀਏ ਆਪਾਂ। ਫਿਰ ਹੁਣ ਉਹ ਤਾਂ ਜਿਹੋ ਜਿਹਾ ਨਿਆਣਾ ਸਿਆਣਾ ਇੱਕੋ ਹੀ ਗੱਲ ਆ, ਹੁਣ ਤਾਂ ਬੱਚਾ ਹੈ, ਉਹ ਤਾਂ ਇੱਕ ਛੋਟਾ ਜਿਹਾ। ਆਪਾਂ ਉਹਦੇ ਭਾਂਡੇ ਅਲੱਗ ਰੱਖ ਲੈਂਦੇ ਹਾਂ, ਬਸ ਭਾਂਡਿਆਂ 'ਤੇ ਉਹਨੂੰ ਉਤਰਾਜ ਹੈ ਨਾ, ਭਾਂਡੇ ਅਲੱਗ ਰੱਖ। ਕੀ ਕੀ ਅਲੱਗ ਰੱਖਾਂਗੇ, ਉਹ ਤਾਂ ਹੁਣ ਨਿਆਣਾ ਕਿਤੇ ਵੀ ਹੱਥ ਲਾ ਦਿੰਦਾ। ਕੋਈ ਗੱਲ ਨਹੀਂ, ਉਹ ਤੂੰ ਆਪਣੇ ਕਮਰੇ 'ਚ ਰੱਖਿਆ ਕਰ ਤੂੰ, ਠੀਕ ਹੈ? ਕੱਪੜੇ ਆਪਾਂ ਧੋ ਲੈਂਦੇ ਉਹਦੇ, ਦੇਖ ਹੁਣ ਹੋਰ ਤਾਂ ਆਪਣੇ ਕੋਲ ਕੋਈ ਹੱਲ। ਮੈਂ ਤਾਂ ਕਿਹਾ ਸੀ, ਮੈਂ ਕਿਹਾ ਰੋਟੀ ਮੈਂ ਆਪੇ ਬਣਾ ਲੂੰਗੀ, ਉਹਦੀ ਵੀ ਰੋਟੀ ਬਣਾ ਲੂੰਗੀ, ਮੈਂ ਅੱਡ ਅੱਡ ਬਣਾ ਲੈਂਦੇ ਹਾਂ, ਫਿਰ ਹੋਰ ਕੀ ਕਰਾਂ ਹੁਣ। ਦੇਖ ਹੁਣ ਕੋਈ ਗੱਲ ਨਹੀਂ, ਤੂੰ ਠੰਡੀ ਰਿਹਾ ਕਰ, ਠੀਕ ਹੈ? ਆਪਾਂ ਨੇ ਤਾਂ ਹੁਣ ਟਾਈਮ ਕੱਢਣਾ, ਜਗਰੂਪ ਨੂੰ ਵੀ ਰੱਖਣਾ, ਆਪਣੇ ਕੋਲ ਹੋਰ ਤਾਂ ਕੋਈ ਹੁਣ ਹੱਲ ਹੈ ਨਹੀਂ। ਬਾਬਾ ਕਿੰਨਾ ਕੁ ਚੁੱਪ ਕਰਾਂ, ਮੈਨੂੰ ਐਂ ਤਾਂ ਦੱਸ ਦਿਓ। ਉਹ ਯਾਰ, ਕਈ ਵਾਰੀ ਚੁੱਪ ਰਹਿਣਾ ਵੀ ਪੈਂਦਾ, ਸਹਿਣਾ ਵੀ ਪੈਂਦਾ, ਇਹ ਪਰਿਵਾਰ ਹੈ। ਸਹੀ ਤਾਂ ਜਾਂਦੀ ਆ, ਤੁਹਾਡੇ ਕਰਕੇ ਸਹੀ ਜਾਂਦੀ ਆ, ਵੀ ਤੁਸੀਂ ਮੈਨੂੰ ਕਿਹਾ ਸੀਗਾ ਮੇਰੇ ਭਰਾ ਨਾਲ ਫਿੱਕ ਨਹੀਂ ਪੈਣੀ ਚਾਹੀਦੀ, ਤਾਂ ਸਹਿਨੀ ਆ। ਚੱਲ ਕੋਈ ਗੱਲ ਨਹੀਂ, ਫਿਰ ਵੀ ਮੈਂ ਗੁਰਿੰਦਰ ਨੂੰ ਹੋਰ ਹਿਸਾਬ ਨਾਲ ਗੱਲਬਾਤ ਕਰੂੰਗਾ। ਤੁਸੀਂ ਪਲੀਜ਼ ਉਹਨੂੰ ਕਹੋ ਮਾੜਾ ਮੋਟਾ ਸਮਝਾਵੇ। ਮੈਂ ਉਹ ਤਾਂ ਸਮਝਾ ਦੂੰਗਾ, ਫਿਰ ਗੱਲ ਉੱਥੇ ਚਲੇ ਜਾਣੀ ਆ, ਠੀਕ ਹੈ ਨਾ? ਤੂੰ ਵੀ ਚੁੱਪ ਰਿਹਾ ਕਰ, ਕੋਈ ਗੱਲ ਨਹੀਂ, ਠੀਕ ਹੈ ਨਾ? ਵਾਹਿਗੁਰੂ ਦਾ ਨਾਮ ਜਪ ਲਿਆ ਕਰ। ਹਾਂ, ਧਿਆਨ ਹੀ ਨਹੀਂ ਲੱਗਦਾ ਹੈਗਾ ਮੈਨੂੰ, ਤਾਂ ਇਹ ਰਹਿੰਦਾ ਕਿਤੇ ਫਿਰ ਨਾ ਲੜ ਪੈ, ਫਿਰ ਨਾ ਲੜ ਪੈ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੂੰ ਠੰਡੀ ਰਹਿ, ਸ਼ਾਂਤ ਰੱਖ ਆਪਣੇ ਆਪ ਨੂੰ। ਤੁਸੀਂ ਫਿਰ ਵੀ ਇੱਕ ਵਾਰੀ ਗੁਰਿੰਦਰ ਨਾਲ ਗੱਲ ਕਰੋ। ਕੋਈ ਨਹੀਂ, ਮੈਂ ਕਰ ਲੂੰਗਾ ਗੱਲ। ਮੈਂ ਵੀ ਕਹੂੰਗੀ ਉਹਨੂੰ, ਤੁਸੀਂ ਵੀ ਕਹਿ ਲਿਓ ਇੱਕ ਵਾਰੀ। ਮੈਂ ਕਹਿ ਦੂੰਗਾ, ਕੋਈ ਗੱਲ ਨਹੀਂ, ਠੀਕ ਹੈ? ਚਲੋ ਮੈਂ ਰੋਟੀ ਪਕਾ ਲਾਂ, ਫਿਰ ਉਹਨੇ ਬਣਾ ਲਈ ਹੋਣੀ ਹੈ ਨਾ, ਹੁਣ ਦੇਖਾਂ। ਉਹਦੇ ਭਾਂਡੇ ਇੱਧਰੇ ਰੱਖ ਦੀ ਲਿਆ ਕੇ। ਹਾਂਜੀ, ਮੈਂ ਤਾਂ ਕਰ ਦਿੰਦਾ। ਮੈਨੂੰ ਤਾਂ ਪਹਿਲਾਂ ਇਹ ਗੱਲਾਂ ਦਾ ਡਰ ਸੀ, ਪਰ ਹੁਣ ਕਰ ਵੀ ਕੀ ਸਕਦੇ ਹਾਂ, ਘਰ 'ਚ ਕਲੇਸ਼ ਵੀ ਨਹੀਂ ਨਾ ਕਰ ਸਕਦੇ। ਗੁਰਿੰਦਰ ਨੂੰ ਵੀ ਮੈਂ ਕੀ ਕਹੀ ਜਾਵਾਂ ਬਾਰ ਬਾਰ। ਕਿੰਨੀ ਕੁ ਦੇਰ ਸੌਂਗੀ ਮੈਂ? ਮੈਂ ਤਾਂ ਬਹੁਤ ਫਸਾ ਤੀ ਰੱਬ ਨੇ, ਉਹਨਾਂ ਤੋਂ ਭਰਾ ਨੂੰ ਛੱਡਣ ਹੁਣ ਹੀ ਘਰੇ ਆਇਆ ਮੈਂ ਤਾਂ ਵੀਰ। ਆਹੋ ਚੱਲ ਦੇਖਦਾ ਫਿਰ ਮੈਂ, ਕੋਈ ਨਹੀਂ, ਚੰਗਾ। ਗੁਰਿੰਦਰ ਇੱਕ ਮਿੰਟ ਮੇਰੀ ਗੱਲ ਸੁਣੀ ਵੀਰੇ। ਹਾਂ ਭਾਬੀ, ਬਹਿ ਜਾ। ਹਾਂ ਹਾਂ, ਬੋਲ ਬੋਲ। ਗੁਰਿੰਦਰ ਦੇਖ, ਤੈਨੂੰ ਪਤਾ ਹੀ ਆ ਹੁਣ ਉਹਨਾਂ ਰੂਪ ਦਾ ਤਾਂ, ਉਹ ਤਾਂ ਹੁਣ ਬਣਾਇਆ ਹੀ ਆਏ ਆ ਰੱਬ ਨੇ, ਠੀਕ ਹੈ? ਤੂੰ ਮਾੜਾ ਜਿਹਾ, ਪਰ ਤੂੰ ਲੜ ਵੀ ਨਾ ਪਈ ਕਰਮਜੀਤ ਨਾਲ। ਓਹੋ ਭਾਬੀ, ਕਿਆ ਗੱਲ ਹੈ, ਤੁਸੀਂ ਖੁੱਲ੍ਹ ਕੇ ਦੱਸੋ ਗੱਲ। ਹੁਣ ਤੈਨੂੰ ਪਤਾ ਹੀ ਆ, ਹੁਣ ਉਹ ਤਾਂ ਵਿਚਾਰਾ ਰੱਬ ਨੇ ਉਹੋ ਜਿਹਾ ਮਾਰ ਮਾਰੀ ਆ, ਲੜ ਪੈਂਦੇ ਨੇ ਦੋਵੇਂ ਜਣੇ, ਉਹ ਮਾੜੀ ਮਾੜੀ ਗੱਲ 'ਤੇ ਖਿਜੀ ਜਾਂਦੀ ਆ ਉਹਦੇ ਨਾਲ, ਆਖੇ ਐਂ ਕਰਦਾ ਐਂ ਕਰਦਾ, ਭਾਂਡੇ ਉਹਦੇ ਅੱਡ ਰੱਖਦੀ ਆ, ਨਫ਼ਰਤ ਮੰਨਦੀ ਆ। ਐਂ ਥੋੜ੍ਹੀ ਕਰਨਾ ਚਾਹੀਦਾ ਕਰਮਜੀਤ ਨੂੰ, ਉਹ ਤਾਂ ਸਿਆਣੀ ਆ, ਉਹ ਤਾਂ ਹੈਗਾ ਹੀ ਆ ਕਮਲਾ। ਗੱਲ ਤਾਂ ਤੁਹਾਡੀ ਠੀਕ ਹੈ, ਸਮਝਾਇਆ ਸੀ ਮੈਂ ਜਗਰੂਪ ਦੇ ਆਉਣ ਤੋਂ ਪਹਿਲਾਂ, ਮੈਂ ਸਮਝਾਇਆ ਸੀ ਉਹਨੂੰ ਵੀ ਦੇਖ ਕਰਮਜੀਤ, ਮਜਬੂਰੀ ਆ ਉਹਨਾਂ ਦੀ। ਤੂੰ ਮੇਰੀ ਗੱਲ ਸੁਣੋ, ਮੈਨੂੰ ਕਹਿ ਦਿਆ ਕਰੇ ਉਹ, ਹੁਣ ਗਲੀ 'ਚ ਉਹਦੇ ਥੱਪੜ ਮਾਰਦੇ ਦਾ ਸਾਂਢੀ ਗੁਆਂਢੀ ਵੀ ਦੇ ਦਿਆ, ਮੇਰਾ ਵੀ ਦਿਲ ਦੁਖੀ ਤਾਂ ਹੁੰਦਾ।
ਭਾਬੀ ਹੁਣ ਕਿਆ ਕਹੀਏ, ਹੁਣ ਜੇ ਮੈਂ ਤੁਹਾਡੀ ਗੱਲ ਸੁਣ ਕੇ ਉਹਨੂੰ ਕਹੂੰਗਾ ਜਾ ਕੇ ਤਾਂ ਉਹਨੇ ਕਹਿਣਾ ਭਾਬੀ ਨੇ ਨਹੀਂ ਨਹੀਂ ਤੂੰ ਲੜਿਆ ਲੜੀ ਨਾ ਉਹਦੇ ਨਾਲ, ਉਹਨੂੰ ਕੁਛ ਨਾ ਕਹ, ਉਹਨੂੰ ਪਿਆਰ ਨਾ ਸਮਝਾ। ਲੜਦਾ ਨਹੀਂ ਮੈਂ, ਗੱਲ ਮੈਂ ਪਿਆਰ ਨਾਲ ਕਰਦਾ, ਪਰ ਉਹ ਸਮਝ ਲੈਂਦੀ ਹੈਗੀ ਇਹ ਗੱਲ ਨੂੰ। ਮੈਂ ਬਾਈ ਨਾਲ ਵੀ ਗੱਲ ਕੀਤੀ ਸੀ ਵੀ ਬਾਈ ਯਾਰ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਹੈਗਾ, ਜਗਰੂਪ ਨੂੰ ਲਿਆਊਂਗਾ ਤਾਂ ਵੀ ਠੀਕ ਹੈ, ਨਹੀਂ ਲਿਆਊਂਗਾ ਤਾਂ ਵੀ ਠੀਕ ਹੈ। ਹੁਣ ਦੇਖ ਜੇ ਕੋਈ ਹੋਰ ਹੁੰਦਾ ਅੱਗੇ ਮਾਂ ਲਈ ਬੈਠੀ ਸੀ, ਔਖੀ ਸੌਖੀ ਲਈ ਬੈਠੀ ਸੀ, ਹੁਣ ਮੈਂ ਉਹਨੂੰ ਕਿੱਥੇ ਧੱਕਦਾ? ਤੂੰ ਆਪ ਸਮਝਦਾਰ ਹੈ। ਸਮਝਦੇ ਆ ਭਾਬੀ ਅਸੀਂ ਤਾਂ, ਫਿਰ ਵੀ ਲੋਕਾਂ ਨੇ ਆਪਾਂ ਨੂੰ ਹੀ ਕਹਿਣਾ ਹੈ, ਕਹਿਣਾ ਭੈਣ ਇੱਕ ਭਰਾ ਨੂੰ ਨਹੀਂ ਰੱਖ ਸਕੀ ਹੈਗੀ, ਖਬਰਾਂ ਠੀਕ ਹੀ ਹੋ ਜਾਵੇ। ਉਹ ਕਿਹੜਾ ਜਮਾਂਦਰੂ ਹੀ ਆਇਆ ਹੈ, ਉਹ ਤਾਂ ਨਾ ਨਿੱਕਾ ਹੁੰਦਾ ਗਿਰਦਾ ਉਹਨਾਂ ਦੇ ਕੋਠੇ ਤੋਂ, ਨਾ ਉਹਦੇ ਸਿਰ 'ਚ ਸੱਟ ਲੱਗਦੀ, ਨਾ ਐਂ ਹੁੰਦਾ। ਚੱਲ ਭਾਬੀ ਦੇਖੋ ਇਲਾਜ ਤਾਂ ਚਲੋ ਤੁਸੀਂ ਬਹੁਤ ਕਰਾਇਆ ਮੈਨੂੰ ਪਤਾ ਹੈ ਨਾ, ਪਰ ਹੁਣ ਨਹੀਂ ਰੱਬ ਦੀ ਮਰਜ਼ੀ ਨਹੀਂ ਠੀਕ ਹੋਇਆ। ਸਾਰੀ ਤੜੀ ਤੱਪੜੀ ਤਾਂ ਲੱਗ ਗਈ ਮੇਰੇ ਮਾਂ ਬਾਪ ਦੀ, ਤੇਰੇ ਸਾਹਮਣੇ ਹੀ ਆ ਗਰਿੰਦਰ, ਤੂੰ ਉਹਨਾਂ ਨਾਲ ਪਿਆਰ ਨਾਲ ਗੱਲ ਕਰੀ ਹੈ ਨਾ ਮਾੜਾ ਜਿਹਾ, ਉਹਨੂੰ ਪਿਆਰ ਨਾਲ ਸਮਝਾ ਦਿਆ ਕਰੇ ਨਾ, ਜਗਰੂਪ ਨੂੰ ਵੀ ਐਂ ਨਾ ਐਂ ਕਰ, ਉਹ ਤਾਂ ਛੋਟਾ ਜਿਹਾ ਬੱਚਾ ਹੈ, ਜਾਂ ਮੈਨੂੰ ਕਹਿ ਦਿਆ ਕਰੇ, ਉਹਨੂੰ ਕੁੱਟਿਆ ਮਾਰਿਆ ਨਾ ਕਰੇ। ਆਹੋ ਚਲ ਕੁੱਟਣਾ ਮਾਰਨਾ ਸਹੀ ਨਹੀਂ ਹੁੰਦਾ, ਨਹੀਂ ਥੱਪੜ ਮਾਰਦੀ ਹੈ ਫਿਰ ਬਾਹਰ ਮਾਰਦੀ, ਅਗਲਾ ਕਹੂਗਾ ਇਹ ਐਂ ਕਰਦੀ ਆ ਉਹਦੇ ਨਾਲ, ਆਪ ਉਹ ਵੀ ਬਦਨਾਮੀ ਆ ਆਪਣੀ। ਹੁਣ ਇੰਨੇ ਸਾਲ ਹੋ ਗਏ ਆਪਾਂ ਨੂੰ ਇਕੱਠੇ ਰਹਿੰਦਿਆਂ ਨੂੰ ਕਦੇ ਕੋਈ ਗੱਲ ਨਹੀਂ ਹੋਈ। ਭਾਬੀ ਆਹੀ ਗੱਲ ਤੋਂ ਮੈਂ ਡਰਦਾ ਸੀ ਵੀ ਹੁਣ ਕਦੀ ਲੜੇ ਨਹੀਂ ਹੈਗੇ ਅਸੀਂ, ਕਿਤੇ ਸਾਡੇ ਭਰਾਵਾਂ 'ਚ ਫਿੱਕ ਨਾ ਪਏ, ਜੇ ਗੱਲ ਮੜੀ ਜੀ ਹੁੰਦੀ ਹੈ ਗੱਲ ਦਾ ਫਿਰ ਪਹਾੜ ਬਣ ਜਾਂਦਾ। ਹੋਰ ਤੇਰੇ ਵੀਰ ਜੀ ਨੂੰ ਵੀ ਹੁਣ ਮੈਂ ਕੀ ਕਹੀ ਜਾਵਾਂ, ਉਹਨਾਂ ਨੇ ਮੈਨੂੰ ਪਹਿਲਾਂ ਕਿਹਾ ਸੀ ਵੀ ਦੇਖ ਲਾ ਸਾਡੇ ਭਰਾਵਾਂ 'ਚ ਫਰਕ ਨਹੀਂ ਪੈਣਾ ਚਾਹੀਦਾ, ਉਹ ਹੁਣ ਤੈਨੂੰ ਪਤਾ ਹੀ ਆ ਉਹ ਸਾਰਾ ਦਿਨ ਖੇਤਾਂ 'ਚ ਧੰਦ ਪਿੱਟ ਕੇ ਆਉਂਦੇ ਨੇ, ਮੁੜ ਕੇ ਮੈਂ ਰੋਣ ਪਿੱਟਣ ਲੱਗ ਜਾਂ ਫਿਰ ਵੀ ਔਖਾ ਹੈ। ਚੱਲ ਭਾਬੀ ਮੈਂ ਤਾਂ ਇਹੀ ਕਹਿ ਸਕਦਾ ਵੀ ਤੁਸੀਂ ਥੋੜ੍ਹਾ ਜਿਹਾ ਹੈ ਨਾ ਇਹ ਚੀਜ਼ ਨੂੰ ਇਗਨੋਰ ਕਰੋ, ਜੇ ਕਰਮ ਜੀ ਕੁਛ ਕਹਿੰਦੀ ਵੀ ਹੈ ਤਾਂ ਥੋੜ੍ਹਾ ਜਿਹਾ ਤੁਸੀਂ ਐਡਜਸਟਮੈਂਟ ਕਰੋ। ਮੈਂ ਤਾਂ ਚੁੱਪ ਕਰਦੀ ਹਾਂ, ਪਰ ਹੁਣ ਹੈ ਤਾਂ ਮੈਂ ਵੀ ਬੰਦਾ ਹੀ ਹਾਂ, ਜੇ ਮੇਰੇ ਤੋਂ ਬੋਲਿਆ ਗਿਆ ਫਿਰ ਮੇਰਾ ਨਹੀਂ ਜੀ ਕਰਦਾ ਵੀ ਮੇਰੇ ਪੇਕੇ ਵੀ ਇਹਦੇ ਪੇਕਿਆਂ ਵਰਗੇ ਹੋਣ। ਚਲੋ ਸਭ ਦਾ ਹੀ ਜੀ ਕਰਦਾ, ਉਹ ਤਾਂ ਠੀਕ ਹੈ ਭਾਬੀ ਗੱਲ, ਪਰ ਮੈਂ ਸਮਝਾਉਂਗਾ ਚੱਲ ਫਿਰ ਵੀ। ਮੈਂ ਤੂੰ ਅੱਜ ਸਮਝਾ ਕੇ ਦੇਖੀ ਉਹਨੂੰ, ਪਰ ਐ ਨਾ ਕਹੀਂ ਵੀ ਭਾਬੀ ਨੇ ਮੈਨੂੰ। ਨਹੀਂ ਨਹੀਂ ਮੈਂ ਫਿਰ ਗੱਲ ਪੁੱਠੇ ਪਾਸੇ ਲੈ ਕੇ ਜਾਊਗੀ। ਮੈਂ ਵੈਸੇ ਗੱਲਾਂ 'ਚ ਤੂੰ ਆਰਾਮ ਨਾਲ ਕਹੀਂ ਵੀ ਉਹਨੂੰ ਨਿਆਣਿਆਂ ਵਾਂਗੂ ਆਰਾਮ ਨਾਲ ਪਿਆਰ ਨਾਲ ਸਮਝਾ ਦਿਆ ਕਰੇ, ਜਾਂ ਮੈਨੂੰ ਇਹ ਕਹਿ ਦਿਆ ਕਰੇ ਉਹਨੂੰ ਬੁਲਾਵੇ ਹੀ ਨਾ, ਭਾਂਡੇ ਭੁੰਡੇ ਸਾਰਾ ਕੁਛ ਮੈਂ ਆਪ ਹੀ ਕਰੂੰਗੀ ਉਹਦਾ। ਚਲੋ ਭਾਂਡੇ ਤਾਂ ਭਾਬੀ ਕਿਹਾ ਇਨਸਾਨ ਹੈ ਉਹ ਕਿਹੜੇ ਜਾਨਵਰ ਹੈ। ਕੋਈ ਨਹੀਂ ਮੈਂ ਅੱਡ ਰੱਖ ਦਿਆ ਕਰੂੰ ਫਿਰ, ਇਹੀ ਆ ਪਰ ਐਂ ਨਫ਼ਰਤ ਜੀ ਉਹਦੇ ਬੱਚੇ ਦੇ ਸਾਹਮਣੇ ਕਹਿ ਦਿੰਦੀ ਹੈ ਨਾ, ਜਦ ਫਿਰ ਉਹ ਰੋਂਦਾ ਹੈ ਅੰਦਰ ਬੈਠ ਕੇ ਵੀ ਦੀਦੀ ਮੇਰੇ ਨਾਲ ਐਂ ਕਰਦੀ ਹੈ, ਹੁਣ ਦੱਸ ਉਹਨੂੰ ਮੈਂ ਕੀ ਕਿਵੇਂ ਬਰਾਇਆ ਕਰਾਂ। ਚੱਲ ਭਾਬੀ ਤੁਸੀਂ ਫਿਕਰ ਨਾ ਕਰੋ, ਮੈਂ ਕਰਦਾ ਗੱਲ ਹੈ ਨਾ, ਮੈਂ ਕਰੂੰਗਾ ਤਰੀਕੇ ਨਾਲ ਹੈ ਨਾ। ਹਾਂ ਵੀਰ ਬਣ ਕੇ ਕਰ, ਇਹਦਾ ਮਸਲੇ ਦਾ ਹੱਲ ਤੂੰ ਹੀ ਕਰਨਾ ਹੈ। ਠੀਕ ਠੀਕ ਦੇਖੋ ਜੇ ਕਰਦਾ ਇਹ ਗੱਲ ਤਾਂ ਐਸਾ ਸਮਝਦਾਰ ਆ, ਸਮਝਾਊਗਾ ਆਪੇ ਹੀ। ਬਾਕੀ ਭਾਈ ਰੱਬ ਰਾਖਾ, ਜਿਵੇਂ ਰੱਬ ਨੇ ਲਿਖਿਆ ਉਵੇਂ ਹੀ ਹੋਣਾ। ਜਗਰੂਪ ਆ ਕੇ ਕਰੀ ਜਾਂਦੇ ਤੂੰ, ਲੈ ਇਹ ਤਾਂ ਗੇਟ ਤੋੜ ਦੂਗਾ। ਓਏ ਹਟਦਾ ਨੀ ਤੂੰ, ਓਏ ਤੈਨੂੰ ਸੁਣਦਾ ਨੀ, ਛੱਡ ਇਹਨੂੰ, ਛੱਡ ਇਹਨੂੰ ਤੋੜਨਾ। ਮੈਂ ਖੇਡਦਾ ਦੀਦੀ। ਇਹ ਕੋਈ ਖੇਡਣ ਵਾਲੀ ਚੀਜ਼ ਹੈ, ਇੱਧਰ ਹੋ। ਮੈਂ ਤਾਂ ਖੇਡਦਾ ਦੀਦੀ, ਮੈਂ ਉਹ ਨਹੀਂ ਛੱਡਦਾ। ਲੈ ਆ ਕੋਈ ਖੇਡ ਹੈਗੀ, ਤੋੜ ਕੇ ਧਰ ਦੇਗਾ। ਓਏ ਸੁਣਦਣ ਤੈਨੂੰ, ਫਿਰ ਜਿੱਦੀ ਰੋਣ ਵੀ ਲੱਗ ਜੂਗਾ। ਚੱਲ ਪਰਾਂ ਆਪਦੇ ਉਹਦੇ ਵਿੱਚ ਕਮਰੇ 'ਚ ਚੱਲ ਜਾ, ਦਿਮਾਗ ਖਰਾਬ ਕਰਿਆ ਵੀ ਹੈਗਾ। ਚੁੱਪ ਕਰ ਜੇ, ਨਹੀਂ ਮੈਂ ਕਟਾਈ ਕਰੂੰਗੀ ਤੇਰੀ, ਚੁੱਪ ਕਰ ਜੇ ਇੱਥੇ, ਦਿਮਾਗ ਖਰਾਬ ਕੀਤਾ। ਕੀ ਗੱਲ ਹੋ ਗਈ ਜਗਰੂਪ? ਮਾਰਦੀ ਹੈ,
ਵੀਰ ਜੀ ਦੇਖਿਓ ਤੋੜਨੇ ਵਾਲਾ ਕਰਿਆ ਪਿਆ ਗਾ ਦਰਵਾਜ਼ਾ, ਕਦੇ ਲਾ ਲਿਆ ਕਦੇ ਖੋਲੇ, ਕਹੇ ਤੋਂ ਵੀ ਨੀ ਹਟਦਾ ਹੈਗਾ। ਚੱਲ ਚੱਲ ਕੋਈ ਨਾ, ਕੋਈ ਨੀ ਕੋਈ ਨੀ, ਪੁੱਛੋ ਵੀਰ ਜੀ ਦੇਖੇ ਆਹ ਤੋੜਨੇ ਵਾਲਾ ਕਰਿਆ, ਦੇਖੋ ਲੋਕ ਦਾ ਕੀ ਹਾਲ ਹੋ ਗਿਆ। ਭਾਬੀ ਜੀ ਇਹਨੂੰ ਇੰਨੀ ਸਮਝ ਹੁੰਦੀ ਫਿਰ ਕਾਹਨੂੰ ਕਰਦਾ ਇਹ, ਇਹ ਤਾਂ ਹੁਣ ਹੈ ਓ ਇਹ ਜਾ ਦਿਮਾਗ ਖਰਾਬ ਕਰਿਆ ਪਿਆ ਵੀਰ ਜੀ ਇਹਨੇ ਤਾਂ। ਚੱਲ ਕੋਈ ਗੱਲ, ਇੱਕ ਗੱਲ ਤੋਂ ਹਟਾਉਣੀ ਦੂਜੀ ਤੇ ਲੱਗ ਜਾਂਦਾ। ਕੋਈ ਚੱਲ ਮੈਂ ਮਾਫੀ ਮੰਗਦਾ, ਅੱਗੇ ਤੋਂ ਨਹੀਂ ਕਰਦਾ। ਵੀਰ ਜੀ ਤੁਸੀਂ ਤਾਂ ਮਾਫੀ ਮੰਗੀ ਜਾਂਦੇ ਹੋਗੇ, ਪਹਿਲਾਂ ਦੀਦੀ ਕਹੇਗੀ ਮੈਂ ਮਾਫੀ ਮੰਗ ਲੈਣੀ, ਫਿਰ ਤੁਸੀਂ ਕਹਿ ਦਿੰਦੇ ਹੋ, ਇਹਦੇ ਵੀ ਕੁਝ ਦਿਮਾਗ 'ਚ ਪਾ ਦਿਆ ਕਰੋ। ਓਹੋ ਜੇ ਇਹਦੇ ਕੋਲ ਦਿਮਾਗ ਹੁੰਦਾ ਫਿਰ ਇਹ ਗੱਲਾਂ ਕਾਹਨੂੰ ਕਰਦਾ ਇਹ। ਮੈਨੂੰ ਤਾਂ ਬਹੁਤ ਗੁੱਸਾ ਆਉਂਦਾ ਵੀਰ ਜੀ, ਦੇਖ ਲਓ ਦਰਵਾਜ਼ੇ ਦਾ ਕਿਆ ਹਾਲਤ ਕਰਤੀ ਇਹਨੇ। ਉਹ ਚੱਲ ਹੁਣ ਰੋ ਨਾ, ਚੁੱਪ ਕਰ, ਆ ਦੇਖ ਨਾਲੇ ਇਹਨੂੰ ਨਹੀਂ ਛੇੜਿਆ ਕਰਦੇ, ਮਹਿੰਗੀਆਂ ਚੀਜ਼ਾਂ ਇਹ, ਐਵੇਂ ਟੁੱਟ ਜੂਗੀ ਹੈ, ਨਾਲੇ ਦਰਵਾਜ਼ੇ ਨੂੰ ਨਹੀਂ ਛੇੜਨਾ, ਤੋੜ ਦੇਗਾ ਗੱਲ। ਹਾਰ ਦਲਵਾਏ ਤੀ ਵੀਰ ਜੀ, ਹੁਣ ਤੁਸੀਂ ਤਾਂ ਕਹਿ ਕੇ ਸਾੜ ਦੋਗੇ, ਇਹਦਾ ਕੀ ਜਾਊਗਾ, ਤੁਸੀਂ ਕਹਿ ਦਿੰਦੇ ਖੇਤੀਬਾੜੀ ਵਾਲਿਆਂ ਗੇ, ਸਾਡੀ ਉਹ ਤਨਖਾਹਾਂ ਜਾਣੀਆਂ ਨੇ। ਚੱਲ ਕੋਈ ਨੀ ਕਰਮਜੀਤ, ਹੁਣ ਇਹਨੂੰ ਕਿਆ ਸਮਝਾਈਏ ਦੱਸ, ਤੇਰੇ ਸਾਹਮਣੇ ਸਮਝਾ ਦਿਆ ਕਰੋ ਮਾੜਾ ਮੋਟਾ, ਫਿਰ ਤਾਂ ਕਹਿ ਦਿੰਦੇ ਮਾੜੀ ਫਸਲ ਹੋ ਗਈ ਜੀ, ਸਾਥੋਂ ਤਾਂ ਕੁਛ ਨੀ ਬਣਦਾ, ਸਾਡੇ ਸਿਰ ਤੇ ਚੱਲ ਰਿਹਾ ਸਭ ਕੁਛ, ਇਹਨੂੰ ਸਮਝਾ ਲਿਆ ਕਰੋ, ਛਿੰਡਲ ਜੇ ਇਹਨੂੰ। ਚੱਲ ਅੰਦਰ ਚੱਲ, ਉਹ ਚੱਲ ਯਾਰ ਤੂੰ ਸਾਰਾ ਦਿਨ ਨੱਕ ਵਗੀ ਜਾਂਦਾ, ਲਾਲਾਂ ਗੇਰੀ ਜਾਂਦਾ ਹੈਗਾ, ਚੱਲ ਬੈਠ, ਦਿਮਾਗ ਖਰਾਬ ਕਰਿਆ ਪਿਆ ਗਾ ਇਹਨੇ, ਪਤਾ ਨਹੀਂ ਕਿਵੇਂ ਇਹਨੂੰ ਅੰਦਰ ਬਿਠਾਉਂਦੇ ਨੇ, ਕਿਵੇਂ ਬਾੜਦੇ ਨੇ ਅੰਦਰ। ਬੈ ਜਾ ਤੇਰੇ ਕਰਕੇ ਦੇਖ ਲੈ ਕਿੰਨਾ ਕੁਸੂਰ ਹੈ, ਜਦ ਮਰਜ਼ੀ ਦੇਖ ਲੈ ਹੈ, ਉਹ ਨਾਲੇ ਉਹ ਕੀਮਤੀ ਲੋਕ ਹੈ ਹੈ, ਉਹ ਤਾਂ ਹੀ ਤਾਂ ਕਰਮਜੀਤ ਠੀਕ ਕਹਿੰਦੀ ਹੈ ਵੀ ਟੁੱਟ ਜੂਗਾ ਖਰਾਬ ਹੋ ਜੂਗਾ। ਅੱਛਾ ਐ ਨਹੀਂ ਕਰਿਆ ਕਰਦੇ, ਜਿਹੜੀ ਤੈਨੂੰ ਚੀਜ਼ ਦੀ ਲੋੜ ਹੈ ਮੈਨੂੰ ਦੱਸਿਆ ਕਰ, ਕੋਈ ਖਿਡਾਉਣਾ ਚਾਹੀਦਾ, ਕੋਈ ਖਾਣ ਵਾਲੀ ਚੀਜ਼ ਚਾਹੀਦੀ ਹੈ, ਆਪਣੀ ਭੈਣ ਨੂੰ ਕਹਿ ਦਿਆ ਕਰ, ਠੀਕ ਹੈ, ਦਰਵਾਜ਼ਾ ਤੋੜੇਗਾ ਕੱਲ ਨੂੰ ਹੋਰ ਨੁਕਸਾਨ ਕਰੇਗਾ ਹੈ, ਇਸ ਤਰ੍ਹਾਂ ਨਹੀਂ ਕਰਿਆ ਕਰਦੇ, ਠੀਕ ਹੈ ਨਾ। ਮੈਨੂੰ ਦੀਦੀ ਉਹ ਦੀਦੀ ਦੀਦੀ ਨਹੀਂ ਚੰਗਾ ਸਮਝਦੀ ਹੈ ਪੁੱਤ, ਤੂੰ ਗੱਲਾਂ ਇਹੋ ਜਿਹੀਆਂ ਕਰਦਾ, ਉਹਨੂੰ ਗੁੱਸਾ ਆ ਜਾਂਦਾ, ਉਹਨੇ ਤੈਨੂੰ ਕਿੰਨੀ ਵਾਰੀ ਹਟਾਇਆ ਵੀ ਤੂੰ ਹਟ ਜਾ ਹਟ ਜਾ ਹਟ ਜਾ, ਤੂੰ ਹਟਿਆ ਕਿਤੇ, ਠੀਕ ਹੈ ਨਾ, ਤੂੰ ਸਿਆਣਾ ਹੋ ਗਿਆ ਹੁਣ, ਆ ਦੇਖ ਲੈ ਦਾੜੀ ਆ ਗਈ, ਮੁੱਛਾਂ ਆ ਗਈਆਂ, ਤੂੰ ਕਿਤੇ ਨਿਆਣਾ ਹੈ ਹੁਣ ਹੈ, ਇੰਨਾ ਬੜਾ ਹੋ ਗਿਆ ਤੂੰ, ਠੀਕ ਹੈ, ਮੇਰੇ ਨਾਲ ਚੱਲਿਆ ਕਰਨੀ ਖੇਤਾਂ 'ਚ, ਉੱਥੇ ਕੰਮ ਕਰ ਲਿਆ ਕਰੂੰਗੇ ਆਪਾਂ, ਉੱਥੇ ਜਿੰਨਾ ਮਰਜ਼ੀ ਖੇਡਿਆ, ਮੋਟਰ 'ਤੇ ਨਹਾਇਆ, ਮਿੱਟੀ 'ਚ ਖੇਡਿਆ, ਉੱਥੇ ਨਹੀਂ ਤੈਨੂੰ ਕੋਈ ਕੁੱਟਦਾ, ਠੀਕ ਹੈ। ਹਾਂ ਹੁਣ ਘਰਾਂ ਨਹੀਂ ਕਿਸੇ ਨੂੰ ਤੰਗ ਕਰਨਾ, ਠੀਕ ਹੈ, ਨਾ ਕੋਈ ਚੀਜ਼ ਤੋੜਨੀ ਹੈ, ਨਾ ਕੋਈ ਦਰਵਾਜ਼ਾ, ਠੀਕ ਹੈ ਨਾ, ਆਪਾਂ ਖੇਤਾਂ 'ਚ ਚੱਲੂਗੇ, ਠੀਕ ਹੈ, ਹੁਣ ਖਾਣਾ ਕੁਛ, ਚੱਲ ਮੈਂ ਕਹਿਣਾ ਤੇਰੀ ਦੀਦੀ ਨੂੰ ਕਹਿਣਾ ਤੈਨੂੰ ਦਊਗੀ ਕੁਛ ਖਾਣ ਨੂੰ, ਸਮਝ ਗਿਆ ਨਾ ਹੁਣ ਤੂੰ ਗੱਲਾਂ ਸਾਰੀਆਂ। ਹਾਂ ਇਹ ਤਾਂ ਸਾਊ ਹੈ, ਹਾਂ ਚੱਲ ਠੀਕ ਹੈ। ਹਾਂ ਚਾਚੀ ਠੀਕ ਹੈ, ਹਾਂ ਸ਼ਰਾਰਤਾਂ ਤਾਂ ਤੁਹਾਨੂੰ ਪਤਾ ਹੀ ਹੈ ਕਰੀ ਹੋ ਜਾਂਦਾ ਹੈ, ਨਹੀਂ ਬਸ ਉਹਦਾ ਐਂ ਡਰ ਲੱਗਦਾ, ਇੱਕ ਤਾਂ ਹਨੇਰੇ ਤੋਂ ਡਰਦਾ ਅਤੇ ਇੱਕ ਉਹਦਾ ਬਿਜਲੀ ਦਾ ਪਤਾ ਨਹੀਂ ਲੱਗਦਾ, ਹੋਰ ਮੈਂ ਤਾਂ ਟਿੱਪਾਂ ਲਾਈਆਂ ਨੇ ਸਾਰੇ ਪਲੱਗਾਂ ਨੂੰ ਵੀ ਚੁੰਗਲੀਆਂ ਦੇ ਦਿੰਦਾ, ਹੋਰ ਐਂ ਬਸ ਆਹੀ ਦੋ ਚੀਜ਼ਾਂ ਤੋਂ ਡਰ ਲੱਗਦਾ, ਮੋਟਰ 'ਤੇ ਭੇਜਾਂ ਉਹਨਾਂ ਦੇ ਨਾਲ ਉੱਥੇ ਡਰ ਲੱਗਦਾ, ਔਲੂ 'ਚ ਕੱਪੜੇ ਖੋਲ੍ਹ ਕੇ ਵੜ ਜਾਂਦਾ, ਠੰਡ ਆ ਮੈਨੂੰ ਤਾਂ ਪਹਿਲਾਂ ਹੀ ਆ ਵੀ ਨੱਕ ਤਾਂ ਇਹਦਾ ਪਹਿਲਾਂ ਹੀ ਵਗਦਾ ਰਹਿੰਦਾ, ਹੋਰ ਉਹੀ ਡਰ ਲੱਗਦਾ ਨਾ ਉਹ ਨਮੂਨੀਆ ਕਰਾ ਲੂ ਠੰਡ 'ਚ, ਫਿਰ ਉਹ ਬੋਲਣ ਲੱਗ ਜਾਂਦੇ ਨੇ ਕਹਿੰਦੇ ਹੁਣ ਮੈਂ ਖੇਤਾਂ ਦਾ ਕੰਮ ਕਰਾਂ ਕਿ ਮੈਂ ਇਹਦੇ ਮਗਰ ਮਗਰ ਫਿਰਾਂ। ਹਾਂ ਬਸ ਆਹੀ ਇੱਕ ਦੋ ਗੱਲਾਂ ਨੇ ਉਹਦੀਆਂ, ਥੋੜ੍ਹੀ ਟੈਨਸ਼ਨ ਰਹਿੰਦੀ ਆ, ਹਾਂ ਹਨੇਰੇ ਤੋਂ ਤਾਂ ਬਾਹਲਾ ਡਰਦਾ ਏ, ਇਕੱਲਾ ਨਹੀਂ ਰਹਿ ਸਕਦਾ ਕਮਰੇ 'ਚ, ਹੋਰ ਕੀ। ਹਾਂ ਚਲੋ ਹੁਣ ਮੈਂ ਤਾਂ ਸਾਹਮਣੇ ਹੀ ਹਾਂ ਚਾਚੀ, ਹੈ ਨਾ, ਮਾਂ ਜਾਇਆ ਏ ਮੈਂ ਤਾਂ ਸਾਹਮਣੇ ਹੀ ਹਾਂ, ਮੈਂ ਕਿੱਥੇ ਕੱਢਦਾ, ਮੈਂ ਕਿਹੜਾ ਕਿਸੇ ਨੂੰ ਕਹਿ ਸਕਦੀ ਹਾਂ ਭਾਈ ਮੈਂ ਨਹੀਂ ਰੱਖਣਾ, ਮੇਰਾ ਤਾਂ ਭਰਾ ਏ। ਹਾਂ ਚਲੋ ਚੱਲ ਠੀਕ ਆ ਚਾਚੀ, ਮੈਂ ਦੇਖਾਂ, ਇੰਨੀ ਦੇਰ ਤਾਂ ਮੈਂ ਇਕੱਲੀ ਛੱਡ ਨਹੀਂ ਸਕਦੀ ਉਹਨੂੰ, ਹਾਂ ਰੋਟੀ ਰੁਟੀ ਦੇਣੀ ਸੀਗੀ, ਕੋਈ ਨਹੀਂ ਮੈਂ ਦੱਸੂਗੀ ਤੁਹਾਨੂੰ ਫੋਨ, ਕੋਈ ਨਹੀਂ ਕੋਈ ਨਹੀਂ, ਠੀਕ ਆ ਚਾਚੀ ਠੀਕ ਆ, ਫਿਰ ਦੇਖਾਂ ਹੋਰ ਇਹ ਨਾ ਕੁਛ ਕਰ ਲਿਆ ਹੋਵੇ। ਚਿੱਤੀਆਂ
ਜਗਰੂਪ ਜਗਰੂਪ ਉਰੇ ਆ ਕੀ ਦੀਦੀ ਉਰੇ ਤਾਂ ਆ ਜਾ ਹਾਂਜੀ ਆਉਂਦਾ ਉਹ ਉਰੇ ਤਾਂ ਕੀ ਆ ਉਰੇ ਆ ਟੋਪੀਆਂ ਹੋਰ ਪਈਆਂ ਨੇ ਉੱਥੋਂ ਲੈ ਜਾ ਚੱਕ ਕੇ ਅੰਦਰੋਂ ਕਿੱਥੇ ਉਹ ਪਈਆਂ ਨੇ ਬੈੱਡ ਤੇ ਅੰਦਰ ਕਿੱਥੇ ਆ ਉੱਥੇ ਪਈਆਂ ਨੇ ਅੰਦਰ ਬੈੱਡ ਤੇ ਦੇਖਦਾ ਸੀ ਕਿੱਥੇ ਦੀਦੀ ਅੰਦਰ ਜਿਹੜਾ ਦਰਾਜ ਨਹੀਂ ਹੈਗਾ ਸਾਹਮਣੇ ਆ ਜਾ ਦਿਖਾਵਾਂ ਤੈਨੂੰ ਆ ਆ ਤਾਂ ਦੂਸੀ ਖਾ ਲਓ ਆ ਆ ਵੀ ਮੈਨੂੰ ਦੀਦੀ ਨੇ ਦਿੱਤੀਆਂ ਹੋਈਆਂ ਦੋ ਦੀਆਂ ਐ ਕਰ ਤੂੰ ਇਹ ਜੇਬ 'ਚ ਪਾ ਲਾ ਆ ਤਾਂ ਖਾ ਲਓ ਤੁਸੀਂ ਮੈਂ ਨਹੀਂ ਖਾਣੀ ਹੈਗੀ ਐ ਕਰ ਉਹ ਦਰਾਜ 'ਚ ਪਈਆਂ ਟੋਫੀਆਂ ਉੱਥੇ ਖੜ ਕੇ ਖਾ ਲਈ ਬਾਹਰੇ ਆਉਣ ਦੀ ਤੈਨੂੰ ਜ਼ਰੂਰਤ ਨਹੀਂ ਹੈਗੀ ਮੈਂ ਬਾਹਰ ਖੜੀ ਹਾਂ ਜੀ ਠੀਕ ਹੈ ਐਲੀਆਂ ਨੇ ਹੋਰ ਵੀ ਨੇ ਉਹ ਤਾਂ ਐਡੇ ਐਡੇ ਟੋਫੀਆਂ ਨੇ ਵੱਡੀਆਂ ਵੱਡੀਆਂ ਚੌਕਲੇਟ ਵੀ ਆ ਹੈ ਹਾਂ ਐ ਕਰ ਅੰਦਰ ਖੜ ਕੇ ਖਾ ਲਈ ਠੀਕ ਹੈ ਬਾਹਰ ਨਹੀਂ ਦੀਦੀ ਕੁੰਡਾ ਖੋਲੋ ਮੈਨੂੰ ਡਰ ਲੱਗਦਾ ਦੀਦੀ ਕੁੰਡਾ ਖੋਲ ਦੀਦੀ ਦੀਦੀ ਮੇਰਾ ਕਿੰਨਾ ਦੀਦੀ ਮੈਨੂੰ ਬਹੁਤ ਡਰ ਲੱਗਦਾ ਦੀਦੀ ਦੀਦੀ ਕਿੱਥੇ ਆ ਤੂੰ ਕਵੇਲਾ ਹੋ ਗਿਆ ਹੋਰ ਕੀ ਸਾਰੀ ਦਿਹਾੜੀ ਲੱਗ ਗਈ ਓਹੋ ਫਿਰ ਹੁਣ ਬੰਦੇ ਨੂੰ ਵੀ ਤਾਂ ਮਿਲਣਾ ਤਾਂ ਜਦ ਬੰਦਾ ਹੀ ਨਹੀਂ ਮਿਲਿਆ ਟਾਈਮ ਨਾਲ ਮੈਨੂੰ ਤਾਂ ਜਗਰੂਪ ਦੀ ਟੈਨਸ਼ਨ ਆ ਗਈ ਤੁਹਾਨੂੰ ਪਤਾ ਇਕੱਲੇ ਨੂੰ ਇੰਨੀ ਦੇਰ ਛੱਡਿਆ ਨਹੀਂ ਹੈਗਾ ਕਦੇ ਚੱਲ ਕੋਈ ਨਹੀਂ ਕੰਮ ਤਾਂ ਬਣ ਗਿਆ ਆਪਣਾ
ਕੰਮ ਤਾਂ ਬਣ ਗਿਆ। ਚੱਲ ਤੁਸੀਂ ਐਵੇਂ ਬੰਦੇ ਕੋਲ ਬਾਹਲੀ ਟਾਈਮ ਲਾਤਾ, ਤੁਹਾਨੂੰ ਪਤਾ ਜਾਂ ਨਿਆਣਾ ਤਾਂ ਨਹੀਂ ਛੱਡਿਆ ਹੋਇਆ ਹੈ। ਕੰਮੇ ਇਹ ਜਾਂ ਤਾਂ ਮੈਂ ਵੀ ਕੀ ਕਰਦਾ? ਉਹ ਤੁਹਾਨੂੰ ਪਤਾ ਹੀ ਹੈ ਕਰਮਜੀਤ ਦਾ। ਚੱਲ ਕੋਈ ਗੱਲ ਨਹੀਂ, ਜਗਰੂਪ ਤੇ ਚਲਿਆ ਗਿਆ। ਹਾਂ ਇੱਥੇ ਹੀ ਹੋਣਾ ਕਿਤੇ। ਜਗਰੂਪ ਜਗਰੂਪ ਦੇਖੋ ਤਾਂ ਮਾੜਾ ਜਿਹਾ ਪਿੱਛੇ ਬਿਟਰੀ ਬੇੜੇ ਚ ਚਲੇ। ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਇੱਥੇ ਹੀ ਹੋਣਾ, ਮੈਂ ਹੁਣੇ ਦੇਖ ਕੇ ਆਉਣਾ। ਮੈਨੂੰ ਤਾਂ ਕਰਮਜੀਤ ਦਾ ਡਰ ਲੱਗਦਾ ਨਾ। ਕੋਈ ਨਾ, ਮੈਂ ਦੇਖਦਾ, ਉਹਦਾ ਕੋਈ ਪਤਾ ਨਹੀਂ ਲੱਗਦਾ। ਜਗਰੂਪ ਕਰਮਜੀਤ ਵੀ ਹੈ ਨੀ ਗੀ, ਇਹ ਕਿੱਥੇ ਗਏ ਦੋਵੇਂ ਜਣੇ? ਆ ਗਏ ਤੁਸੀਂ? ਹਾਂ ਆ ਤਾਂ ਗਏ, ਜਗਰੂਪ ਨਹੀਂ ਦਿਖਦਾ। ਜਗਰੂਪ ਕਿੱਥੇ ਆ? ਮੈਨੂੰ ਕੀ ਪਤਾ ਇੱਥੇ ਹੀ ਹੋਣਾ ਕਿਤੇ। ਤੂੰ ਘਰੇ ਸੀਗੀ ਭੈਣੇ, ਤੈਨੂੰ ਨਹੀਂ ਪਤਾ? ਹੋਰ ਕਿਹਨੂੰ ਪਤਾ? ਪਤਾ ਨਹੀਂ ਬਈ, ਮੈਂ ਤਾਂ ਸਬਜ਼ੀ ਲੈਣ ਗਈ ਹੋਈ ਸੀ, ਸੁਣ ਤਾਂ ਟੈਨਸ਼ਨ ਹੈ ਨਹੀਂ ਗੀ, ਮੈਨੂੰ ਤਾਂ ਟੈਨਸ਼ਨ ਹੈ ਨਾ ਘਰ ਦੀ। ਘੁੰਮਣ ਫਿਰਨ ਗਏ ਸੀ, ਕੰਮ ਗਏ ਸੀ, ਕੋਈ ਜ਼ਰੂਰੀ ਸੀ ਤੇਰੇ ਵੀਰ ਜੀ ਦਾ। ਮੈਂ ਤਾਂ ਕਿਹਾ ਵੀ ਚਲੋ ਹੈਗੀ ਆ, ਸਾਂਭ ਲੂਗੀ ਉਹਨੂੰ। ਐਡੀ ਕਿਹੜੀ ਗੱਲ, ਹੁਣ ਨਿਆਣਾ ਪਤਾ ਨਹੀਂ ਕਿੱਥੇ ਹੋਣਾ ਹੈ। ਮੈਂ ਘਰ ਦਾ ਕੰਮ ਕਰਾਂਗਾ, ਉਹਨੂੰ ਦੇਖਾਂ ਚੱਲੇ ਨੂੰ ਤਾਂ ਇੱਥੇ ਫਿਰਦਾ ਹੋਣਾ ਕਿਤੇ ਗਲੀਆਂ 'ਚ। ਲਿਆਉਣ ਲਿਆਉਣ ਦਾ ਸ਼ੌਂਕ ਸੀ ਉਹਨੂੰ, ਸਾਂਭਣੇ ਦਾ ਤਾਂ ਹੈ ਨਹੀਂ ਗਾ। ਭੈਣੇ ਤੈਨੂੰ ਵੀ ਮੌਕਾ ਹੀ ਮਿਲ ਜਾਂਦਾ ਬਸ। ਉਹ ਯਾਰ ਹੈ ਨਹੀਂ ਦੇਣ ਦਾ, ਬਾਹਰ ਤਾਂ ਹੈ ਨਹੀਂ ਜਗਰੂਪ। ਹਾਏ ਕਿੱਥੇ ਚਲਿਆ ਗਿਆ ਮੇਰਾ ਭਰਾ ਵਿਚਾਰਾ। ਤੂੰ ਐ ਕਰ, ਉੱਪਰ ਜਾ ਕੇ ਦੇਖ ਉੱਪਰ ਨਾ ਹੋਵੇ ਕਿਤੇ। ਉੱਪਰ ਕਿਵੇਂ ਚਲਿਆ ਜਾਊਗਾ? ਉਹ ਕੁਛ ਨਹੀਂ ਪਤਾ ਹੁੰਦਾ ਉਹਦੇ ਕੋਲ, ਕਿਆ ਉਹਨੇ ਕਿਆ ਸੋਚਣਾ ਕਿਤੇ। ਚੱਲ ਚੱਲ ਉੱਪਰ ਚੱਲ ਕੇ ਦੇਖਦੇ ਆ। ਦੇਖੋ ਫਿਰ ਤੁਸੀਂ ਮੂਰੇ ਹੋਵੋ। ਓਏ ਜਗਰੂਪ, ਸਵੇਰ ਦੀ ਲੱਭਦੀ ਫਿਰਦੀ ਆ, ਪਤਾ ਨਹੀਂ ਮੁੰਡਾ ਕਿੱਥੇ ਆ ਗਿਆ ਇਹ। ਪਤਾ ਨਹੀਂ ਕਿੱਥੇ ਦੇਖਿਆ ਵੀ ਨਹੀਂ ਹੈਗਾ ਤੂੰ। ਲੋਕ ਮੈਂ ਲਾਈਟ ਚਲਾ ਲਾ, ਲਾਈਟ ਲੂਟ ਵਾਲ ਨਹੀਂ ਰਹਾ ਪਿਆ ਇੱਥੇ ਤਾਂ। ਓਏ ਜਗਰੂਪ, ਹਾਏ ਹਾਏ, ਇੱਥੇ ਕੀ ਕਰਦਾ ਜਗਰੂਪ? ਕੌਣ ਹੋ ਗਿਆ? ਓਏ ਤੂੰ ਇੱਥੇ ਕਿਵੇਂ ਆਇਆ? ਆ ਕੀ ਕਰੀ ਫਿਰਦਾ ਤੂੰ? ਉੱਠ ਕੇ ਬੈਠ, ਉੱਠ ਕੇ ਬੈਠ, ਉੱਠ ਕੇ ਬੈਠ ਬੈਠ। ਹਾਂ ਇੱਥੇ ਕਿਵੇਂ ਆਇਆ ਤੂੰ? ਕਦੇ ਤੈਨੂੰ ਲੱਭਦੇ ਫਿਰਦੇ ਆ ਹੈ? ਉਹ ਇੱਥੇ ਕਿਵੇਂ ਆ ਗਿਆ? ਮੈਂ ਤੈਨੂੰ ਖੇਤਾਂ 'ਚ ਦੇਖ ਕੇ ਆਇਆ, ਮੋਟਰ 'ਤੇ ਦੇਖ ਕੇ ਆਇਆ। ਹਾਂ ਉਰੇ ਕਿਵੇਂ ਆ ਗਿਆ? ਹੁਣ ਦੀਦੀ ਮੈਂ ਨਾ ਥੱਲੇ ਖੇਡਦਾ ਸੀ ਪੌੜੀਆਂ ਉੱਤੇ। ਜੀਜੇ ਹੀ ਕਦੇ ਲੱਭਦੇ ਫਿਰਦੇ ਨੇ ਤੈਨੂੰ? ਹਾਂ ਕਿੱਥੇ ਖੇਡਦਾ ਸੀ? ਪੌੜੀਆਂ ਤੇ ਖੇਡਦਾ ਸੀਗਾ। ਹਾਂ ਫਿਰ ਉਰੇ ਕਿਵੇਂ ਆ ਗਿਆ ਪੌੜੀਆਂ ਤੋਂ ਖੇਡਦਾ ਖੇਡਦਾ? ਮੈਨੂੰ ਨਾ ਦੀਦੀ ਕਹਿੰਦੀ ਵੀ ਤੂੰ ਟੋਫੀਆਂ ਲੈ ਲਾ। ਕਿਹੜੀ ਦੀਦੀ ਕਹਿੰਦੀ? ਉਹ ਥੱਲੇ ਦੀਦੀ, ਵੱਡੀ ਦੀਦੀ। ਚੱਲ ਫਿਰ ਟੋਫੀਆਂ ਲੈ ਲਈਆਂ ਹੋਣੀਆਂ ਤੂੰ, ਫਿਰ ਇੱਥੇ ਕੀ ਕਰਦਾ ਸੀ? ਮੈਂ ਨਾ ਟੋਫੀਆਂ ਲੈਣਾ ਆ ਅੰਦਰ। ਮੈਨੂੰ ਯਾਦ ਨਹੀਂ। ਯਾਦ ਕਿਉਂ ਨਹੀਂ ਤੈਨੂੰ? ਇੱਥੇ ਸੌ ਗਿਆ। ਹਾਂ ਫਿਰ ਦੀਦੀ ਨੇ ਕੀ ਕੀਤਾ? ਦੀਦੀ ਨੇ ਨਹੀਂ ਕੁਛ ਵੀ ਕੀਤਾ। ਹਾਂ ਉਹ ਨਾ ਗੇਟ ਬੰਦ ਮੈਂ ਕਰ ਲਿਆ। ਨਹੀਂ ਤੈਨੂੰ ਕੀ ਨਹੀਂ ਕਿਹਾ ਸੀ ਟੋਫੀਆਂ ਇੱਥੇ ਪਈਆਂ ਨੇ? ਦੀਦੀ ਨੇ ਕਿਹਾ ਸੀ। ਅੱਛਾ ਕਰਮਜੀਤ ਨੇ ਕਿਹਾ ਸੀ? ਹਾਂ ਫਿਰ ਤੈਨੂੰ ਉਹ ਬੰਦ ਕਰਕੇ ਗਈ ਆ? ਨਹੀਂ ਮੈਂ ਅੰਦਰ ਆਇਆ, ਮੈਂ ਗੇਟ ਬੰਦ ਹੋ ਪਤਾ ਨਹੀਂ। ਆ ਦੇਖ ਲਓ ਉਹ ਫਿਰ ਮੈਂ ਸੌ ਗਿਆ। ਮੈਨੂੰ ਮੈਂ ਹਾਕਾ ਮਾਰੀ, ਮੈਨੂੰ ਡਰ ਲੱਗਦਾ ਸੀ ਦੀਦੀ। ਚੱਲ ਕੋਈ ਕੋਈ ਹੁਣ ਲੈ ਆ ਗਈ। ਕੁਛ ਨਹੀਂ ਹੈਗਾ ਇੱਥੇ। ਦੇਖਿਆ ਮੈਂ ਕਿਹਾ ਸੀ ਨਾ ਕਰਮਜੀਤ ਦੇ ਕੰਮ ਨੇ, ਉਹਨੂੰ ਪਤਾ ਵੀ ਜਦ ਡਰਦਾ ਏ ਹਨੇਰੇ ਚ। ਉਹ ਨਹੀਂ ਇਹ ਤਾਂ ਲਾਲਚ ਨੂੰ ਆ ਗਿਆ ਹੁਣ ਇੱਥੇ ਟੋਫੀਆਂ ਦੇ ਚੱਕਰ ਚ। ਇਹਨੂੰ ਸੁਪਨੇ ਆਉਂਦੇ ਨੇ ਉੱਪਰ ਟੋਫੀਆਂ ਪਈਆਂ ਨੇ। ਉਹ ਖੇਡਦਾ ਖੇਡਦਾ ਆ ਗਿਆ ਹੋਣਾ, ਉਹਨੂੰ ਐ ਹੋਣਾ ਵੀ ਇੱਥੇ ਖੇਡਦਾ। ਚੱਲ ਮੈਂ ਕੋ ਹੋਰ ਵੀ ਟੋਫੀਆਂ ਆ ਲੈ, ਟੋਫੀਆਂ ਚੱਕੀ ਫਿਰ। ਹਾਂ ਹੋਰ ਲੈ ਲਾ। ਆ ਦੇਖ ਲਓ ਉਹਨੇ ਕੀਤਾ ਹੁਣ ਕਰਮਜੀਤ ਨੇ, ਇਹਨੂੰ ਟੋਫੀਆਂ ਦਾ ਲਾਲਚ ਦੇ ਕੇ ਅੰਦਰ ਬੰਦ ਕਰਤਾ ਮੇਰੇ ਭਰਾ ਨੂੰ। ਉਹ ਨਹੀਂ ਤੂੰ ਤਾਂ ਗਗਨ ਹੋਰੇ ਕੋ ਸਮਝੀ ਜਾਨੀ ਐ। ਉਹ ਇਹ ਤਾਂ ਟੋਫੀਆਂ ਖਾਂਦਾ ਖਾਂਦਾ ਉੱਪਰ ਆ ਗਿਆ ਹੋਣਾ, ਇੱਥੇ ਵੜ ਗਿਆ ਹੋਣਾ ਅੰਦਰ। ਉਹਨੇ ਜਾਣ ਕੇ ਤੰਗ ਕੀਤਾ ਇਹਨੂੰ ਭਗਤ ਨੂੰ। ਨਹੀਂ ਨਹੀਂ ਕੁਛ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ, ਇਹ ਲਾਲਚ ਦੇ ਵਿੱਚ ਆ ਗਿਆ। ਆ ਦੇ ਲਾਲਚ ਚ ਇਹਨੇ ਦਰਵਾਜ਼ਾ ਕਿਵੇਂ ਬੰਦ ਕਰ ਲਿਆ ਫਿਰ ਅੰਦਰੋਂ? ਉਹ ਦਰਵਾਜ਼ਾ ਇਹਨੇ ਖੋਲਣ ਲੱਗਿਆ ਹੋਣਾ, ਇੱਥੇ ਗੇੜੇ ਦੇ ਗਿਆ ਹੋਣਾ, ਇਹਨੂੰ ਲੌਕ ਲੱਗ ਗਿਆ। ਬਾਹਰੋਂ ਜਿੰਦਾ ਲਾਇਆ ਖੋਲਿਆ ਏ, ਫਿਰ ਇਹਨੂੰ ਕਿਵੇਂ ਪਤਾ ਲੱਗ ਗਿਆ? ਉਹ ਜਿੰਦਾ ਤਾਂ ਅੰਦਰੋਂ ਵੀ ਲੱਗਦਾ, ਇਹਨੂੰ ਘੁਮਾਈ ਗਿਆ ਹੋਣਾ ਇਹ ਦਰਵਾਜ਼ੇ ਦੇ ਖੜਾ। ਉਹਦੀ ਸਾਈਡ ਲੈਣੀ ਆ ਹੁਣ, ਐਵੇਂ ਸ਼ੱਕ ਨਹੀਂ ਕਰੀਦਾ ਹੁੰਦਾ। ਦੇਖ ਚੱਲ ਤੂੰ ਇਹਨੂੰ ਹੁਣ। ਨਾ ਕੋਈ ਨਹੀਂ ਵੀਰੇ ਤੂੰ ਖਾ, ਚੱਲ ਆ ਥੱਲੇ ਲੈ ਚੱਲ ਇਹਨੂੰ। ਚੱਲ ਬਸ ਪਤਾ ਨਹੀਂ ਕਦ ਕਦ ਹਨੇਰੇ 'ਚ ਬੈਠਾ। ਚੱਲ ਚੱਲ ਕੁਛ ਨਹੀਂ ਹੁੰਦਾ, ਚੱਲ ਅੰਦਰ।
ਥੱਲੇ ਚੱਲ ਥੱਲੇ ਅੱਗੇ ਤੋਂ ਮੇਰੇ ਤੋਂ ਬਿਨਾ ਪੁੱਛੇ ਕਿਤੇ ਨਹੀਂ ਜਾਣਾ ਸੁਣ ਗਿਆ ਚੱਲ ਆ ਜਾ ਨੀਚੇ ਚੱਲ ਉੱਠ ਚੱਲ ਉੱਠ ਜਾ ਆਪਾਂ ਚੱਪਲ ਚੱਪਲ ਪਾ ਚੱਪਲ ਪਾ ਲਾ ਠੰਡ ਇੰਨੀ ਹੈਗੀ ਆ ਹਾਂ ਦੱਸ ਜੇ ਹਨੇਰੇ ਚ ਇਹਨੂੰ ਕੁਝ ਹੋ ਜਾਂਦਾ ਡਰ ਕੇ ਉਹ ਸਿੱਧੀ ਪਾ ਲਾ ਠਹਿਰ ਜਾ ਮੈਂ ਕਰਦੀ ਵੀਰੇ ਆ ਲੈ ਚੱਲ ਆ ਜਾ ਆ ਮੇਰਾ ਵੀਰ ਉਹ ਕੁਝ ਨਹੀਂ ਹੈਗਾ ਚੱਲ ਚੱਲ ਨੀਚੇ ਚੱਲ ਹਾਂ ਕੁਝ ਨਹੀਂ ਹੈਗਾ ਅੱਗੇ ਤੋਂ ਨਹੀਂ ਉਹਦੀ ਗੱਲ ਮੰਨਣੀ ਠੀਕ ਹੈ ਹਾਂ ਕੁਝ ਨਹੀਂ ਕਹਿੰਦਾ ਚੱਲ ਚੱਲ ਟੋਕੀਆਂ ਇੱਕ ਤਾਂ ਲਾਲਚੀ ਬਹੁਤ ਹੈ ਇਹ ਖਾਣ ਪੀਣ ਦਾ ਲਾਲਚੀ ਹੈ ਹਾਏ ਰੱਬਾ ਉੱਪਰ ਲੈਣ ਦਾ ਬਾਕੀ ਕਿਤੇ ਇਹਨਾਂ ਨੂੰ ਪਤਾ ਵੀ ਨਾ ਲੱਗ ਜੇ ਵੀ ਮੈਂ ਬੰਦ ਕੀਤਾ ਆਰਾਮ ਨਾਲ ਜਗਰੂ ਆਰਾਮ ਨਾਲ ਹੋ ਜਾਓ ਚੱਲ 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 ਕੋਈ ਨਾ ਘਬਰਾ ਨਾ ਹੁਣ ਹੈ ਆ ਕਿੱਥੇ ਦੀ ਨਾ ਤੂੰ ਬੰਦ ਕਰਕੇ ਆਈ ਹੈ ਤੈਨੂੰ ਨਹੀਂ ਪਤਾ ਕਿੱਥੇ ਸੀਗਾ ਹੱਦ ਹੋ ਗਈ ਜੇ ਮੈਨੂੰ ਪਤਾ ਹੁੰਦਾ ਮਹੀਨਾ ਖੋਲ ਦਿੰਦੀ ਇਹਨੂੰ ਮੈਂ ਕਾਹਤੇ ਨਾਲ ਬੰਦ ਕਰੂੰਗੀ ਤੂੰ ਨਾ ਜ਼ਿਆਦਾ ਨਾ ਚਲਾਕ ਬਣ ਤੂੰ ਹੀ ਬੰਦ ਕੀਤਾ ਉਹਨੂੰ ਕੀ ਪਤਾ ਨਿਆਣੇ ਨੂੰ ਉੱਪਰ ਹੋਣ ਦਾ ਆ ਦੇਖ ਲਓ ਵੀਰ ਜੀ ਚੱਲ ਛੱਡ ਹੁਣ ਮਿਲ ਗਿਆ ਕਾਹਨੂੰ ਐਵੇਂ ਗਾਹ ਪਾਈ ਜਾਂਦੇ ਤੁਸੀਂ ਫੇਰ ਜੀ ਫੇਰ ਉਹੀ ਗੱਲ ਇਹ ਤਾਂ ਕੱਲ ਨੂੰ ਕੁਝ ਹੋਰ ਕਰ ਦੂਗੀ ਉਹਦੇ ਨਾਲ ਉਹ ਕੁਝ ਨਹੀਂ ਕਰਦੀ ਗਗਨ ਤੂੰ ਐਵੇਂ ਨਾ ਗਾਹ ਪਾਈ ਚੱਲ ਚੱਲ ਬੈਠ ਫੇਰ ਤਾਂ ਤੁਸੀਂ ਮੈਨੂੰ ਕਹਿ ਦਿੰਦੇ ਵੀਰ ਜੀ ਤੁਸੀਂ ਤੂੰ ਬੋਲਦੀ ਆ ਭਾਈ ਤੂੰ ਬੋਲਦੀ ਆ ਹੁਣ ਤੁਸੀਂ ਆਪਦੇ ਵਾਲੀ ਨੂੰ ਬੇਟਾ ਲਓ ਟੌਫੀਆਂ ਦਾ ਲਾਲਚ ਕਿਹਨੇ ਦਿੱਤਾ ਸੀ ਟੌਫੀਆਂ ਮੈਨੂੰ ਕਹਿ ਰਿਹਾ ਸੀ ਮੈਂ ਉੱਥੇ ਪਈਆਂ ਹੁਣੇ ਦੱਸ ਲਾ ਜਗਰੂਪ ਦੱਸ ਤੈਨੂੰ ਟੌਫੀਆਂ ਕਿਹਨੇ ਕਿਹਾ ਸੀਗਾ ਟੌਫੀਆਂ ਤੈਨੂੰ ਮੈਂ ਬੰਦ ਕੀਤਾ ਤੀ ਵੇ ਨਹੀਂ ਬੰਦ ਨਹੀਂ ਕੀਤਾ ਟੌਫੀਆਂ ਕਿਹਨੇ ਕਿਹਾ ਸੀ ਸਹੀ ਸਹੀ ਗੱਲ ਦੱਸ ਉਹੀ ਗੱਲ ਪਈ ਜੰਨੀ ਆ ਮੇਰੇ ਓਹੋ ਮੈਨੂੰ ਨਹੀਂ ਪਤਾ ਤੁਸੀਂ ਗੁਰਿੰਦਰ ਨੂੰ ਬੁਲਾਓ ਨਾ ਉਹ ਕੀ ਕਰ ਲੂਗਾ ਆ ਕੇ ਹੱਦ ਕਰੀ ਪਈ ਆ ਜਿਵੇਂ ਤੇਰੀਆਂ ਤੇਰਾ ਸਾਰਾ ਕੁਝ ਤੂੰ ਦੱਸ ਖੜਾ ਹੁਣ ਮਾਉ ਜਾ ਬੜੀ ਕਿਆ ਦੱਸ ਇਹਨੂੰ ਕਿਆ ਪੁੱਛੀ ਜਾਂਦੇ ਆ ਤੁਸੀਂ ਨਹੀਂ ਮੇਰੀ ਗੱਲ ਸੁਣੋ ਇਹਨੂੰ ਭੋਰਾ ਰੱਬ ਦਾ ਡਰ ਨਹੀਂਗਾ ਉਹ ਤਾਂ ਪਹਿਲਾਂ ਹੀ ਪਤਾ ਨਹੀਂ ਕਿਹੜੇ ਕਰਮਾਂ ਦਾ ਮਾਰਿਆ ਹੋਇਆ ਤੂੰ ਉਹਦੇ ਨਾਲ ਹੋਰ ਕਰਤੂਤਾ ਕਰੀ ਜਾਂਦੀ ਹੈ ਨਾ ਤੈਨੂੰ ਕੀ ਲੱਗਦਾ ਮੈਂ ਬੰਦ ਕੀਤਾ ਹੈਗਾ ਵੀਰ ਜੀ ਜਿਆਦਾ ਹੀ ਨਹੀਂ ਸਮਝਾ ਰਿਹਾ ਲਾਲਾ ਜੈਨੇ ਦਿੱਤਾ ਜੀ ਹਾਂ ਉਹ ਕੋਈ ਗੱਲ ਨਹੀਂ ਹੁਣ ਚਲੇ ਗਿਆ ਉਹ ਨਿਆਣਾ ਹੈ ਉਹ ਤਾਂ ਭੋਰਾ ਚੀਜ਼ ਦੇ ਕੇ ਬੋਲ ਮਰਜ਼ੀ ਕਰ ਲੈ ਸੁਣ ਜਗਰੂਪ ਦੱਸ ਬੱਚੇ ਸਹੀ ਸਹੀ ਦੱਸ ਵੀਰੇ ਨਾ ਦੀਦੀ ਨੇ ਮੈਨੂੰ ਕਿਹਾ ਸੀ ਟੋਫੀਆਂ ਲੈ ਲਓ ਆ ਦੱਸ ਹਾਂ ਟੋਫੀਆਂ ਨੂੰ ਕਿਹਾ ਤੀ ਕਹਿੰਦੇ ਟੋਫੀਆਂ ਲੈਣੀ ਨੇ ਮੈਂ ਕਿਹਾ ਉੱਥੇ ਪਈਆਂ ਹੋਣੀਆਂ ਚੱਕ ਲੈ ਉੱਪਰ ਤਾਂ ਤੂੰ ਹੀ ਭੇਜਿਆ ਟੋਫੀਆਂ ਹਾਏ ਹਾਏ ਤਾਂ ਮੈਂ ਬੰਦ ਕਰਿਆ ਹੀ ਹੈ ਬੋਲਾ ਕਮਰਾ ਤੇਰਾ ਭਾਈ ਆ ਗੱਲ ਤੂੰ ਮੇਰੇ ਪਈਆ ਕਰ ਜੇ ਬੋਲਾ ਕਮਰਾ ਫਿਰ ਉਹਦੇ ਨਾਲ ਆ ਕੁਛ ਨਹੀਂ ਕਰੀਦਾ ਹੁੰਦਾ ਜੀ ਇਹਨੂੰ ਚੁੱਪ ਕਰਾ ਲਓ ਰੱਬ ਤੋਂ ਡਰੀਦਾ ਹੁੰਦਾ ਤੂੰ ਛੱਡ ਕਿਉਂ ਤੁਸੀਂ ਬੁਲਾਓ ਉਹਨੂੰ ਗੁਰਿੰਦਰ ਨੂੰ ਬੁਲਾਓ ਮੈਨੂੰ ਨਹੀਂ ਪਤਾ ਬੁਲਾ ਲਿਓ ਜੇ ਬੁਲਾ ਲਓ ਮੈਂ ਤੂੰ ਵੱਧ ਘੱਟ ਬੋਲਿਆ ਗਿਆ ਫਿਰ ਤੁਸੀਂ ਵੀ ਗੁੱਸਾ ਕਰੋਗੇ ਰੱਬ ਵਰਗਾ ਮੇਰਾ ਭੋਰਾ ਭਰਾ ਹੈ ਉਹਦੇ ਨਾਲ ਕੀ ਕੁਛ ਕਰਦੀ ਹੈ ਇਹਨੂੰ ਭੋਰਾ ਸ਼ਰਮ ਨਹੀਂ ਆਉਂਦੀ ਹੈਗੀ ਫਿਰ ਆਪਦੇ ਨੂੰ ਨਾਲ ਲੈ ਜਿਆ ਕਰ ਲੈ ਜਿਆ ਕਰੂੰਗੀ ਨਾਲ ਆਹੋ ਮੇਰੇ ਕਰਮਜੀਤ ਮਾੜਾ ਮੋਟਾ ਖਿਆਲ ਰੱਖ ਲਈਦਾ ਅਸੀਂ ਤਾਂ ਘਰ ਹੈ ਨਹੀਂ ਤੇ ਅਸੀਂ ਤਾਂ ਤੇਰੇ ਸਾਰੇ ਛੱਡ ਕੇ ਚਲੇ ਗਏ ਇਹਨੂੰ ਵੀਰ ਜੀ ਮੇਰੀ ਗੱਲ ਸੁਣੋ ਮੇਰੇ ਕੋਲ ਉੱਪਰ ਆਇਆ ਇਹ ਕਹਿੰਦਾ ਦੀਦੀ ਟੋਫੀਆਂ ਕਿੱਥੇ ਨੇ ਮੈਂ ਕਿਹਾ ਉਹ ਪਈਆਂ ਹੋਣੀਆਂ ਅੰਦਰ ਮੈਂ ਤਾਂ ਕੱਪੜੇ ਸੁੱਕਣੇ ਪਾ ਕੇ ਥੱਲੇ ਆ ਗਈ ਮੈਨੂੰ ਕੀ ਪਤਾ ਉੱਥੇ ਕੀ ਕਰੀ ਜਾਂਦੇ ਦੇਖ ਨਹੀਂ ਸੀ ਸਕਦੀ ਵੀ ਨਿਆਣਾ ਅੰਦਰ ਕੁਝ ਹੋਰ ਚੀਜ਼ ਨੂੰ ਬੀਜ ਨਹੀਂ ਨੂੰ ਸਬਜ਼ੀ ਆ ਗਈ ਦੀ ਸਬਜ਼ੀ ਲੈ ਕੇ ਆਈਆਂ ਤੂੰ ਤਾਂ ਭੱਗ ਜੰਨੀ ਮੈਡਮ ਬਣ ਕੇ ਤੇ 100 ਕੰਮ ਹੈ ਗਗਨ ਕੰਮ ਪੈ ਗਿਆ ਹੋਣਾ ਕੋਈ ਗੱਲ ਨਹੀਂ ਚੱਲ ਤੂੰ ਬਹਿ ਜਾ ਇੱਕ ਦਾ ਹਾਂ ਮੈਨੂੰ ਨਹੀਂ ਪਤਾ ਹੁਣ ਅੱਜ ਦਾ ਫੈਸਲਾ ਕਰਕੇ ਹੀ ਜਾਵਾਂਗੇ ਹਾਂ ਜਾਂ ਕਰ ਲੈ ਜਿਹੜਾ ਫੈਸਲਾ ਹੁੰਦਾ ਤੇ ਤੂੰ ਦਿਮਾਗ ਖਰਾਬ ਕਰ ਦਿੰਦੀ ਏ ਜਦ ਦੇਖੂਗੀ ਤੈਂ ਐਂ ਕਰਤਾ ਤੈਂ ਐਂ ਕਰਤਾ ਉਹ ਤੂੰ ਰਹਿਣ ਦੇ ਭਾਬੀ ਜਾ ਰਹਿਣ ਦੱਸ ਰੱਬ ਰੂਪ ਬੰਦੇ ਨੂੰ ਐਂ ਕਰਦੀ ਆ ਇਹ ਚੱਲ ਕੁਝ ਨਹੀਂ ਹੁੰਦਾ ਚੁੱਪ ਕਰ ਜਾ ਮਿਲ ਗਿਆ ਨਾ ਹੁਣ ਅੱਗੇ ਨੂੰ ਖਿਆਲ ਰੱਖਾਂਗੇ ਅਸੀਂ ਆਪਾਂ ਤੁਸੀਂ ਵੀ ਮੈਨੂੰ ਕਹਿਣ ਲੱਗ ਜਿਓ ਉਹ ਚੱਲ ਹੁਣ ਮਿਲ ਗਿਆ ਪਹਿਲਾਂ ਤਾਂ ਨਾਲ ਜਾਣਾ ਵੀ ਜ਼ਰੂਰੀ ਆ ਉੱਥੇ ਕੰਮ ਵੀ ਜ਼ਰੂਰੀ ਨੇ ਇਹਨੂੰ ਵੀ ਦੇਖਣਾ ਹੈ ਮਾੜਾ ਮੋਟਾ ਵੀ ਨਹੀਂ ਕੋਈ ਕਿਸੇ ਦਾ ਸਾਥ ਦੇ ਸਕਦਾ ਹੈ ਫਿਰ ਨੌਕਰ ਰੱਖਦਾ ਇਹਨੂੰ ਸਾਂਭਣ ਵਾਸਤੇ ਕੋਈ ਨਹੀਂ ਰੱਖ ਲਾਂਗੇ ਜਾਨੀ ਹੁੰਦੀ ਹੈ ਰੱਬ ਤੋਂ ਡਰੀਦਾ ਹੁੰਦਾ ਹੈ ਰੱਬ ਤੋਂ ਡਰੀਦਾ ਹੁੰਦਾ ਹੈ ਰਹਿਣ ਦੇ ਭਾਬੀ ਹੁਣ ਛੱਡ ਖੇੜਾ ਵੀਰ ਜੀ ਹੁਣ ਵੀ ਚੁੱਪ ਕਰਾ ਲਓ ਚੱਪਰ ਚੱਪਰ ਬੋਲੀ ਜਾਂਦੀ ਹੈ ਚੁੱਪ ਕਰਾ ਦੀ ਹੁਣ ਠੀਕ ਡਰ ਤਾਂ ਨਹੀਂ ਸੀ ਲੱਗਿਆ ਮੇਰੇ ਵੀਰੇ ਨੂੰ ਅਗਲੇ ਮੇਰੀ ਗੱਲ ਸੁਣ ਜੇ ਕਮਲਾ ਹੈ ਤਾਂ ਉਹਦੇ ਨਾਲ ਆਪਾਂ ਤਾਂ ਸਿਆਣੇ ਆ ਆਪਾਂ ਨੂੰ ਤਾਂ ਰੱਬ ਨੇ ਮੱਤ ਦਿੱਤੀ ਹੈ ਜੇ ਇਹਨੂੰ ਨਹੀਂ ਦਿੱਤੀ
ਚੱਲ ਹੁਣ ਕੋਈ ਗੱਲ ਨਹੀਂ, ਅੱਗੇ ਵਾਸਤੇ ਆਪਾਂ ਨੂੰ ਧਿਆਨ ਆਪ ਰੱਖਣਾ ਪੈਣਾ ਇਹਦਾ ਬਸ। ਚੱਲ ਮੈਂ ਅੱਗੇ ਤੋਂ ਮੇਰੇ ਵੀਰ ਨੂੰ ਛੱਡਣਾ ਹੀ ਨਹੀਂ ਇਕੱਲਾ, ਮੈਂ ਨਾਲ ਹੀ ਲੈ ਕੇ ਲਿਆ ਦਾਂਗੇ ਸਿਓ, ਲਿਆ ਦਾ ਜਾਓ ਤੁਸੀਂ ਇਹਦੇ ਲਈ ਫਰੂਟ ਲਿਆਓ ਥੋੜੇ ਬਹੁਤੇ। ਹੋਰ ਵੀ ਕੁਛ ਖਾਣਾ ਦੱਸ ਦੇ। ਸੰਤਰਾ, ਸੰਤਰਾ ਪਤਾ ਨਹੀਂ ਸਵੇਰ ਦਾ ਨਿਆਣੇ ਨੇ ਕੁਛ ਖਾਧਾ ਕਿ ਨਹੀਂ, ਟੋਫੀ ਟੂਫੀਆਂ ਨਾਲ ਬਾਲੀਆਂ ਖਾਇਆ ਕਰ, ਦੰਦ ਖਰਾਬ ਹੋ ਜਾਂਦੇ ਹੈ ਨਾ। ਫਰੂਟ ਲਿਆ ਦਾਂਗੇ ਤੈਨੂੰ, ਜਾਓ ਜੀ ਤੁਸੀਂ ਲਿਆ ਦਿਓ ਫਰੂਟ ਲਿਆ ਦਿਓ, ਕੋਈ ਨਹੀਂ। ਹੁਣ ਨਾ ਤੂੰ ਘਬਰਾਉਣਾ ਨਹੀਂ ਗਾ, ਤੂੰ ਮੈਂ ਤੈਨੂੰ ਨਾਲ ਹੀ ਰੱਖਿਆ ਕਰਨਾ, ਠੀਕ ਹੈ? ਨਾਲੇ ਤੈਨੂੰ ਮੈਂ ਕਿਹਾ ਸੀ ਉਹਦੀ ਗੱਲ ਨਹੀਂ ਸੁਣਨੀ ਕੋਈ, ਹੈ ਤੂੰ ਫੇਰ ਉਹਦੀ ਗੱਲ ਮੰਨ ਕੇ ਉਹ ਕੁੱਟਦੀ ਵੀ ਆ ਤੈਨੂੰ, ਨਾਲੇ ਤੈਨੂੰ ਬੰਦ ਕਰਤਾ, ਤੂੰ ਕਿਉਂ ਕਮਲਾ ਹੋ ਜਾਂਦਾ ਹੈ? ਤੈਨੂੰ ਮੈਂ ਕਿਹਾ ਸੀ ਨਾ ਉਹਦੇ ਕੋਲ ਨਹੀਂ ਜਾਣਾ, ਤੂੰ ਆਪਣੇ ਬੈਡਰੂਮ 'ਚ ਬੈਠਿਆ ਕਰ, ਤੂੰ ਕਿਉਂ ਨਹੀਂ ਸੁਣਦਾ ਮੇਰੀ ਗੱਲ? ਹੁਣ ਤਾਂ ਨਹੀਂ ਜਾਂਦਾ ਉਹਦੇ ਕੋਲ, ਨਾ ਉਹਦੇ ਕੋਲ ਨਹੀਂ ਜਾਣਾ, ਠੀਕ ਆ? ਹਾਂ ਮੇਰਾ ਸੋਹਣਾ ਵੀਰ ਉਹਦੇ ਕੋਲ ਨਹੀਂ ਜਾਣਾ। ਲੈ ਆਪਾਂ ਗਿਆ ਮਹਾਰਾਜੇ ਵਾਸਤੇ ਲੈਣ ਫਰੂਟ, ਸਬਜ਼ੀਆਂ ਤਾਂ ਇਹਨਾਂ ਤੋਂ ਲੈਣੀ ਹੁੰਦੀਆਂ ਹੈਗੀਆਂ, ਫਰੂਟ ਲੈਣ ਨੂੰ ਧੀਏ ਦੇਣ ਤੁਰ ਪੈਂਦੇ ਨੇਗੇ। ਕੋਈ ਨਾ ਜੇ ਅੱਜ ਪਤਾ ਲੱਗ ਗਿਆ ਨਾ ਵੀ ਮੈਂ ਬੰਦ ਕੀਤਾ ਤੀ, ਸਕੀਮਾਂ ਤਾਂ ਹੋਰ ਬਥੇਰੀਆਂ ਨੇ। ਡਰ, ਹਾਂ ਡਰ ਤਾਂ ਇਹਨੂੰ ਕਰੰਟ ਤੋਂ ਵੀ ਲੱਗਦਾ ਹੈਗਾ। ਚੱਲ ਕੋਈ ਨਾ, ਜੇ ਤੂੰ ਜ਼ਿਆਦਾ ਚਲਾਕ ਹੋਣੀ ਹੈ ਨਾ ਤਾਂ ਮੈਂ ਵੀ ਪੂਰੀਆਂ 35 ਪੜੀਆਂ ਨੇ। ਕੋਈ ਨਾ, ਅੱਜ ਤਾਂ ਮੈਂ ਡਰਾਇਆ ਹੀ ਹੈ, ਜਾਣਾ ਤਾਂ ਕੱਲ੍ਹ ਨੂੰ ਵੀ ਤੁਸੀਂ ਨੇ ਬੈਂਕ 'ਚ ਹੀ ਹੈਗਾ, ਫਿਰ ਦੇਖੀ ਮੈਂ ਇਹਦੇ ਨਾਲ ਕਰਦੀ ਗਈ ਹਾਂ, ਹਜੇ ਤਾਂ ਡਰਾਇਆ ਹੀ ਹੈ ਕੱਲ੍ਹ ਨੂੰ ਤਾਂ। ਚੱਲ ਸਬਜ਼ੀ ਕੱਟ ਲਾ ਹੁਣ। ਉਹ ਗਗਨ ਆ ਜਾ ਬਾਈ ਛੇਤੀ ਕਰ। ਆਉਣੀ ਆ ਮੈਂ ਤਾਂ ਉਹਨੂੰ ਜਗਰੂਪ ਨੂੰ ਦੇਖਦੀ ਹਾਂ ਮਾੜਾ ਜਿਹਾ, ਉਹਦੇ ਕੱਪੜੇ ਕੁੱਪੜੇ ਜਿਹੇ ਸੈੱਟ ਕਰ ਲਈਏ, ਲੈ ਕੇ ਨਹੀਂ ਜਾਣਾ ਨਾਲ ਉਹਨੂੰ? ਉਹ ਨਾਲ ਕਿੱਥੇ ਲੈ ਕੇ ਜਾਣਾ, ਉਹ ਇੰਨਾ ਟਾਈਮ ਨਹੀਂ ਹੈਗਾ ਆਪਣੇ ਕੋਲ। ਮੇਰੀ ਗੱਲ ਸੁਣੋ ਜੀ, ਕੱਲ੍ਹ ਦੇਖਿਆ ਨਾ ਛੱਡ ਕੇ ਗਏ ਕਿ ਕੁਛ ਕਰਦੀ ਆ, ਮੈਂ ਤਾਂ ਨਾਲ ਲੈ ਕੇ ਜਾਊਂਗੀ। ਕੁਛ ਨਹੀਂ ਹੁੰਦਾ, 10 ਮਿੰਟ ਲੱਗਣੇ ਆ, ਨਾਲੇ ਮੈਂ ਇਹਨੂੰ ਸਕੂਟਰ 'ਤੇ ਕਿੱਥੇ ਬਿਠਾ ਕੇ ਲੈ ਕੇ ਜਾਊਂਗਾ, 3 ਜਣਿਆਂ ਨੂੰ ਕੌਣ ਜਾਣ ਦੇ ਦੂਗਾ? ਫਿਰ ਹੁਣ ਉਹਨੂੰ ਫਿਰ ਛੱਡ ਕੇ ਜਾਵਾਂ ਮੈਂ, ਫਿਰ ਉਹ ਬੋਲੂਗੀ, ਫਿਰ ਪਤਾ ਨਹੀਂ ਕੀ ਕੁਛ ਕਰੂਗੀ। ਉਹ ਯਾਰ ਉਹਨੇ ਕੁਛ ਨਹੀਂ ਕਰਿਆ, ਠੀਕ ਆ ਨਾ, ਗਲਤੀ ਉਹਦੀ ਹੋਤੀ, ਐਵੇਂ ਵਹਿਮ ਨਾ ਕਰ। ਚੱਲ ਆਪਾਂ ਨੇ ਮੁੜੇ ਆਉਣਾ, ਛੇਤੀ ਕਰ। ਹੁਣ ਉਹਨੂੰ ਛੱਡ ਕੇ ਜਾਵਾਂ ਮੈਂ? ਉਹ ਆਪਾਂ ਨੇ ਆ ਜਾਣਾ ਇਹਨੇ ਨੂੰ ਤਾਂ। ਚੱਲ ਮੈਂ ਮਾੜਾ ਜਿਹਾ ਸਮਝਾ ਦਾਂ ਉਹਨੂੰ ਫਿਰ। ਚੱਲ ਠੀਕ ਹੈ, ਸਮਝਾਇਆ। ਜਗਰੂਪ, ਹਾਂ ਦੀਦੀ, ਉਰੇ ਆ ਮੇਰੀ ਗੱਲ ਸੁਣ, ਉਰੇ ਉਰੇ ਮੇਰੀ ਗੱਲ ਸੁਣ। ਅਸੀਂ ਨਾ ਮਾੜਾ ਜਿਹਾ ਬਾਜ਼ਾਰ ਜਾ ਕੇ ਆਉਂਦੇ ਹਾਂ, ਹੈਂ, ਤੇਰੇ ਲਈ ਚੀਜ਼ ਵੀ ਲੈ ਕੇ ਆਵਾਂਗੇ। ਮੈਂ ਵੀ ਜਾਊਂਗਾ। ਮੇਰੀ ਗੱਲ ਤਾਂ ਸੁਣ ਵੀਰੇ, ਤੂੰ ਨਾ ਆਪਣੇ ਕਮਰੇ 'ਚ ਰਹਿਣਾ, ਨਾਲੇ ਜੇ ਛੋਟੀ ਦੀਦੀ ਕੋਈ ਚੀਜ਼ ਦੇਵੇ ਨਾ ਲੈਣੀ ਨਹੀਂ, ਠੀਕ ਆ? ਉੱਪਰ ਵੀ ਨਹੀਂ ਜਾਣਾ ਤੂੰ, ਠੀਕ ਆ? ਉਹਦੀ ਕੋਈ ਗੱਲ ਨਹੀਂ ਸੁਣਨੀ, ਚੁੱਪ ਕਰਕੇ ਕਮਰੇ 'ਚ ਬੈਠਾ ਰਿਹਾ ਮੇਰਾ ਵੀਰਾ, ਠੀਕ ਆ? ਮੈਂ 5 ਮਿੰਟ 'ਚ ਆ ਜਾਣਾ, ਨਾਲੇ ਚੀਜ਼ੀ ਕੀ ਲੈ ਕੇ ਆਵਾਂ ਤੇਰੇ ਲਈ? ਚੀਜ਼ੀ ਟੋਫੀਆਂ ਲੈ ਕੇ? ਹਾਂ ਮੈਂ ਟੋਫੀਆਂ ਲੈ ਕੇ, ਚੱਲ ਤੂੰ ਜਾ ਕਮਰੇ 'ਚ, ਠੀਕ ਆ? ਮੈਂ ਹੁਣੇ ਆ ਜਾਣਾ 5 ਮਿੰਟ। ਇੱਕ ਗੁੱਡਾ ਵੀ ਚਾਹੀਦਾ? ਮੈਂ ਸਾਰਾ ਕੁਛ ਲਿਆਉਂਗੀ, ਜਾ ਮੇਰਾ ਵੀਰ ਅੰਦਰ, ਬਾਹਰ ਨਹੀਂ ਨਿਕਲਣਾ, ਕਿਤੇ ਨਹੀਂ ਜਾਣਾ ਬਾਹਰ, ਠੀਕ ਆ? ਚੱਲ ਠੀਕ ਆ, ਆ ਗਈ ਮੈਂ ਹੁਣੇ। ਲੈ ਆ ਬਠਿਆ ਗਈ ਮੇਰੇ ਕਮਰੇ 'ਚ, ਆ ਕੀ ਕਰੀ ਜਾਂਦੇ ਤੂੰ? ਵਿੱਚ ਪਾ ਇਹਨੂੰ, ਦਰਵਾਜ਼ਾ ਬੰਦ ਕਰ। ਮੈਨੂੰ ਦੀਦੀ ਬਿਠਾ ਕੇ ਗਈ ਉਰੇ। ਦੀਦੀ ਬਿਠਾ ਕੇ ਗਈ ਉੱਧਰ, ਉਹਦੇ ਕਮਰੇ 'ਚ ਬੈਠ, ਉਰੇ ਨਾ ਬੈਠ, ਚੱਲ ਖੜਾਓ। ਨਹੀਂ ਦੀਦੀ ਕਹਿੰਦੀ ਇੱਥੋਂ ਬਾਹਰ ਨਹੀਂ ਜਾਣਾ ਹੈਗਾ। ਇਹ ਮੇਰਾ ਕਮਰਾ, ਉਹ ਤੇਰੀ ਦੀਦੀ ਦਾ, ਚੱਲ ਉੱਧਰ ਚੱਲ, ਖੜਾ ਹੋ ਜਾ ਇੱਥੋਂ, ਖੜਾ ਹੋ, ਖੜਾ, ਇੰਨਾ ਟਾਈਮ ਨਹੀਂ ਹੈਗਾ। ਦੀਦੀ ਨੂੰ ਦੱਸੂਗਾ। ਦੀਦੀ ਨੂੰ ਦੱਸੇਗਾ ਤੂੰ? ਚੱਲ ਖੜਾ ਤਾਂ ਹੋ, ਅੱਜ ਆਪਾਂ ਖੇਲਾਂਗੇ, ਅੱਜ ਆਪਾਂ ਖੇਲੀਏ, ਉੱਥੇ ਖੇਲਦੇ ਆ ਜਾ। ਹਾਂ ਆ ਜਾ, ਚੱਲ ਤੈਨੂੰ ਨਾ ਅੱਜ ਮੈਂ ਇੱਕ ਨਵੀਂ ਖੇਡ ਦਿਖਾਉਣੀ ਹੈਗੀ। ਕਿਹਨੇ? ਗੁੱਡਾ ਲੈ ਕੇ ਆਈ ਆ ਦੀਦੀ? ਕੀ ਤੂੰ ਗੁੱਡੇ ਗੁੱਡੇ ਕਰੀ ਜਾਂਦਾ ਹੈਗਾ, ਦਾੜੀ ਮੁੱਛਾਂ ਵਾਲਾ ਤੂੰ ਹੋ ਗਿਆ। ਅੱਜ ਨਾ ਇੱਕ ਆਪਾਂ ਨਵੀਂ ਗੇਮ ਖੇਲਦੇ ਹਾਂਗੇ, ਆ ਜਾ ਤੈਨੂੰ ਨਵੀਂ ਗੇਮ। ਹਾਂ ਖੇਲੇਗਾ ਨਾ? ਹਾਂ ਆ ਦੇਖ, ਇੱਥੇ ਆ ਜਾ, ਦੇਖ ਇਹਦੇ ਵਿੱਚ ਆਪਾਂ ਨੇ ਬਾਜ਼ ਪਾਉਣਾ ਹੈਗਾ, ਠੀਕ ਹੈ? ਫਿਰ ਆਪਾਂ ਨੇ ਸੁੱਚ ਦੱਬਣੀ ਹੈ, ਠੀਕ ਹੈ? ਵਿੱਚ ਪਾ ਕੇ ਨਾ ਇਹਦੇ ਆਪਾਂ ਨੇ ਐਂ ਸੁੱਚ ਦੱਬਣੀ ਹੈਗੀ, ਖੇਲੇਂਗਾ ਤੂੰ?
ਖੇਲੀ ਐ ਕਰ, ਮੈਂ ਨਾ ਦਾਈ ਦੇ ਕੇ ਆਉਣੀ ਆ, ਮੈਂ ਨਾ ਅੱਖਾਂ ਬੰਦ ਕਰਕੇ ਇੱਕ ਦੋ ਤਿੰਨ ਕਰੂੰਗੀ ਤੇ ਇਹਦੇ ਵਿੱਚ ਨਾ ਆਵਾਜ਼ ਪਾ ਕੇ ਸੁੱਚ ਦੱਬਣੀ ਆ, ਕਰੇਗਾ ਨਾ? ਕੀ ਕਰੇਗਾ? ਇਹਦੇ ਵਿੱਚ ਆ ਪਾ ਕੇ ਸੁੱਚ ਦੱਬਣੀ। ਹਾਂ ਲੈ ਚੱਲ, ਮੈਂ ਦਾਈ ਦੇ ਕੇ ਆਵਾਂ, ਅੱਖਾਂ ਬੰਦ ਕਰ ਲੈ, ਉਧਰ ਨੂੰ ਮੂੰਹ ਕਰ ਲੈ। ਹਾਂ ਹਾਂ ਮੈਂ ਦਾਈ ਦੇ ਕੇ ਆਉਣੀ ਆ, ਤੂੰ ਪਾ ਉਹਦੇ ਵਿੱਚ। ਇੱਕ ਦੋ ਤਿੰਨ, ਦੀਦੀ ਤਾਂ ਆਈ ਨਹੀਂ ਹੈਗੀ। ਲਾ ਮੈਂ ਦੁਬਾਰਾ ਕਰਦਾ। ਹੋ ਗਿਆ ਕੰਮ ਜਿਹਾ ਮੈਨੂੰ ਲੱਗਦਾ। ਚੱਲ ਜੇ ਉਹ ਵੀ ਆਉਣਗੇ ਨਾ ਕਹਿ ਦਾਂਗੇ ਦੋਹਰਾ ਪੈ ਗਿਆ, ਦੋਹਰਾ ਪੈ ਗਿਆ, ਦੋਹਰਾ ਪੈ ਗਿਆ। ਚੱਲ ਜੇ ਮਾੜਾ ਮੋਟਾ ਜਿਉਂਦਾ ਜਾਗਦਾ ਰਹਿ ਗਿਆ ਕੱਲ ਨੂੰ ਫੇਰ ਜਾਈ। ਇਹ ਫੇਰ ਦੇਖ ਥੱਲੇ ਪਿਆ, ਤੂੰ ਉੱਪਰ ਨਹੀਂ ਪਿਆ ਜਾਂਦਾ ਜਗਰੂਪ। ਓਏ ਜਗਰੂਪ, ਜਗਰੂਪ ਉੱਠ, ਇੱਥੇ ਪਿਆ ਥੱਲੇ ਪੁੰਜੇ ਕਿਉਂ ਪਿਆ? ਚੱਲ ਉੱਠ, ਖੜਾ ਹੋ, ਚੱਲ ਉੱਠ ਮੇਰਾ ਵੀਰ, ਨਾ ਪੁੰਜੇ ਪਿਆ, ਉੱਠ ਕੇ ਬੈਠ। ਚੱਲ ਚੱਲ ਉੱਠ 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 ਹਾਲੇ ਉਹਨੂੰ ਮੜਾ ਜਾ, ਚੱਲ ਉੱਠ, ਖੜਾ ਹੋ, ਆ ਜਾ ਇੱਥੇ ਬੈਠ, ਉੱਪਰ ਬੈਠ 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 ਇੱਥੇ ਬੈਠ। ਤਾਂ ਤੇ ਤੂੰ ਉੱਪਰ ਨਹੀਂ ਬੈਠਿਆ ਜਾਂ ਪਿਆ ਜਾਂਦਾ ਹੁੰਦਾ ਥੱਲੇ ਪੈ ਜਾਂਦਾ ਹੈ। ਕੀ ਕਰਦਾ ਸੀ ਤੂੰ ਇੱਥੇ ਨੀਚੇ? ਕੀ ਕਰਦਾ ਸੀ? ਮੈਂ ਨਾ ਉਹ ਗੇਮ ਖੇਡਦਾ ਸੀ। ਇੱਥੇ ਕਿਹੜੀ ਤੇਰੀ ਗੇਮ ਲਾਈ ਹੋਈ ਆ? ਮੈਂ ਇੱਥੇ ਇੱਥੇ ਸੀ। ਕੀ ਸੀ, ਕੀ ਖੋਗਾ? ਹਾਂ ਜੀ। ਹਾਂ ਇਹਦਾ ਕੀ ਕਰਦਾ ਸੀ? ਦੀਦੀ ਕਹਿੰਦੀ ਨਾ ਇਹਦੇ ਵਿੱਚ ਪਾ ਕੇ ਸੁੱਚ ਦੱਬ, ਤੂੰ ਐਦਾਂ 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 ਫਿਰ ਹੋਊਗਾ। ਕਿਹੜੀ ਦੀਦੀ ਕਹਿੰਦੀ ਸੀ? ਉਹ ਦੀਦੀ ਉਹ ਕਮਜੀਤ ਦੀਦੀ। ਦੇਖ ਲਿਆ ਹੁਣ ਕਰੰਟ ਲਾਉਣ ਤੇ ਆ ਗਈ, ਰਹਿ ਗਿਆ ਹੁਣ ਕੁਛ ਤੇ ਹਜੇ ਕੁਛ ਹੋਰ ਦੇਖਣਾ ਏ। ਹੁਣ ਵੀ ਕਹਿ ਦੋ ਤੇਰਾ ਹੀ ਕਸੂਰ ਹੈ, ਆਏ ਮਾਰੂਗੀ ਮੇਰੇ ਭਰਾ ਨੂੰ। ਮੈਨੂੰ ਤਾਂ ਪਤਾ ਨਹੀਂ ਤਾਂ ਇੱਥੇ ਤੱਕ ਗਿਰ ਜੂਗੀ ਇਹ। ਤੈਨੂੰ ਮੈਂ ਜਦ ਕਿਹਾ ਸੀ ਉਹਦੀ ਕੋਈ ਗੱਲ ਨਹੀਂ ਸੁਣਨੀ ਹੈਗੀ, ਫਿਰ ਤੂੰ ਉਹਦੇ ਕੋਲ ਗਿਆ ਹੋਏਗਾ। ਮੈਂ ਗਿਆ ਨਹੀਂ, ਮੈਂ ਉਹਨੂੰ ਉਹ ਕਮਰੇ ਚੋਂ ਲੈ ਕੇ ਆਈ ਆ। ਮੈਨੂੰ ਮੇਰੀ ਗੱਲ ਸੁਣੀ, ਹਜੇ ਤਾਂ ਇਹ 'ਚ ਕਰੰਟ ਘੱਟ ਸੀਗਾ, ਜੇ ਬਾਈ ਚਾਂਸ ਵੱਧ ਹੁੰਦਾ ਫਿਰ ਇਨਵਰਟਰ 'ਤੇ ਹੁੰਦਾ ਫਿਰ। ਚੱਲ ਛੱਡ ਹੁਣ ਰੌਲਾ ਨਾ ਪਾ, ਰੌਲਾ ਨਾ ਪਾ। ਅੱਛਾ ਜੇ ਇਹਨੂੰ ਕੁਛ ਹੋ ਜਾਂਦਾ ਫਿਰ? ਹੁਣ ਉਹਨੇ ਕਿਹੜੇ ਮੰਨਣਾ ਵੀ ਮੈਂ ਕੀਤਾ ਇਹ? ਮੈਨੂੰ ਐਂ ਦੱਸੋ ਜੇ ਇਹਨੂੰ ਕੁਛ ਹੋ ਜਾਂਦਾ ਫਿਰ ਕੀ ਕਰਦੇ? ਚੱਲ ਹੁਣ ਤੂੰ, ਆਪਾਂ ਕੋਈ ਹੱਲ ਸੋਚਦੇ ਆ, ਹੋਰ ਕੋਈ ਹੱਲ ਕੱਢਦੇ ਆ। ਤੁਹਾਨੂੰ ਕਿਹਾ ਸੀ ਨਾਲ ਲੈ ਕੇ ਜਾਂਦੇ ਆ ਤਾਂ ਨਹੀਂ ਮੰਨੇ ਹੈਗੇ, ਕੋਈ ਨਹੀਂ ਚਲਾਣ ਹੋ ਜਾਂਦਾ, ਗੱਡੀ ਨਹੀਂ ਸੀ ਲੈ ਕੇ ਜਾ ਸਕਦੇ, ਕੋਈ ਹੋਰ ਹੱਲ ਕੱਢਦੇ ਆ, ਸੋਚਦੇ ਆ ਕੁਛ। ਚੱਲ ਤੂੰ ਨਾ ਘਬਰਾ ਨਾ, ਹੁਣ ਮੈਂ ਨਾਲੇ ਲੈ ਕੇ ਜਾਇਆ ਕਰੂੰਗੀ ਤੇ ਮੈਨੂੰ ਨਹੀਂ ਪਤਾ ਇਹਦਾ ਹੱਲ ਕੱਢਣਾ ਪੈਣਾ, ਐਂ ਤਾਂ ਇਹ ਮਾਰ ਦੂਗੀ ਮੁੰਡੇ ਨੂੰ। ਕੋਈ ਗੱਲ ਨਹੀਂ, ਚੱਲ ਇਹਨੂੰ ਅੰਦਰ ਪਾ, ਚੱਲ ਉੱਠ, ਚੱਲ ਉੱਠ, ਚੱਲ ਆ ਜਾ, ਚੱਲ ਅੰਦਰ ਪੈ, ਅੰਦਰ ਪੈ, ਚੱਲ ਦੱਸ। ਪਤਾ ਨਹੀਂ ਕੀ ਕੁਛ ਦੇਖਣਾ ਬਾਕੀ ਆ ਹੋਰ ਇਸ ਘਰ 'ਚ। ਮੇਰੀ ਤਾਂ ਨਾ ਲੱਤਾਂ ਦੀ ਜਾਨ ਵੀ ਨਿਕਲੀ ਪਈ ਆ। ਮੇਰੀ ਸੁਣ ਗੱਲ, ਤੂੰ ਡਰਨਾ ਘਾਬਰਨਾ, ਡਾਕਟਰ ਹੋਰ ਬਥੇਰੇ ਹੈਗੇ, ਹੋਰ ਪਾਸੇ ਦਿਖਾ ਲੂੰ, ਕੁਛ ਨਹੀਂ ਹੁੰਦਾ ਹੈਗਾ, ਠੀਕ ਹੈ? ਫਿਕਰ ਨਾ ਕਰ, ਤੂੰ ਘਾਬਰਨਾ। ਕੀ ਕਰੀਏ ਜੀ, ਜੇ ਮੇਰੇ ਭਾਈ ਨੂੰ ਨਾ ਹੋਸ਼ ਆਇਆ ਉਹ ਤਾਂ ਕੋਮਾ 'ਚ ਹੀ ਰਹੂਗਾ।
ਉਹ ਨਹੀਂ ਕੋਮਾ 'ਚ ਰਹਿੰਦਾ, ਤੈਨੂੰ ਕਿਹਾ ਤਾਂ ਹੈ ਡਾਕਟਰ ਵੱਡੇ ਵੱਡੇ ਬੈਠੇ ਨੇ, ਛੁੱਟੀ ਕਰਾ ਕੇ ਆਪਾਂ ਪੀ ਜੀ ਦਿਖਾ ਲਾਂਗੇ, ਉਸ ਤੋਂ ਉੱਪਰ ਦਿਖਾ ਲਾਂਗੇ, ਠੀਕ ਹੈ? ਮੈਨੂੰ ਤਾਂ ਬਹੁਤ ਟੈਨਸ਼ਨ ਹੋਈ ਪਈ ਹੈ। ਤੂੰ ਨਾ ਟੈਨਸ਼ਨ ਲੈ, ਸ਼ੁਕਰ ਕਰ ਰੱਬ ਨੇ ਜਾਨ ਬਖਸ਼ਤੀ, ਹੈਂ ਪੱਗ ਬੰਨੀ ਹੋਈ ਸੀ, ਬਚਾਅ ਹੋ ਗਿਆ, ਹੈਂ ਨਹੀਂ ਖਬਰੇ ਕੀ ਹੋਣਾ ਸੀ, ਫਿਕਰ ਨਾ ਕਰ, ਕੁਛ ਨਹੀਂ ਹੁੰਦਾ, ਠੀਕ ਹੈ? ਚਲਾ ਅੰਦਰ ਚੱਲ, ਆ ਜਾ। ਨਹੀਂ ਮੈਂ ਥੋੜ੍ਹੀ ਜਾਇਆ ਜਾਂਦਾ ਜੀ ਅੰਦਰ, ਤੁਸੀਂ ਜਾਇਓ। ਹਾਏ ਹਾਏ ਇਹਨੂੰ ਕੀ ਹੋ ਗਿਆ, ਚੰਗੇ ਭਲੇ ਗਏ ਸੀ ਰੋਂਦੇ ਆਈ ਆ, ਕੀ ਕਰ ਪੁੱਛਾਂ ਇਹਨੂੰ। ਹਾਂਜੀ ਮੇਰੀ ਗੱਲ ਸੁਣੋ। ਹਾਂ ਹਾਂ ਕੀ ਹੋ ਗਿਆ? ਆਇਓ ਮਾੜਾ ਜਿਹਾ, ਕਰਮਜੀਤ ਪਤਾ ਨਹੀਂ ਕਿਉਂ ਰੋਈ ਜਾਂਦੀ ਹੈ, ਜਦੀ ਆਏ ਨੇ ਬਾਹਰ ਹੀ ਬੈਠੇ ਨੇ, ਰੋਂਦੇ ਨੇ ਰੋਂਦੇ ਆ, ਚੱਲ ਚੱਲ। ਹਾਂ ਆ ਜਾ, ਤੂੰ ਐਂ ਕਰ ਅੰਦਰ ਚੱਲ, ਕਬਰ ਨਾ ਤੂੰ, ਆ ਜਾ। ਹਾਏ ਕੀ ਮੇਰਾ ਕਬਰਾ ਜੀ, ਮੇਰੀ ਮੰਮੀ ਦਾ ਨਾ ਮੈਂ ਤਾਂ ਰੋਂਦੀ ਚੱਲੀ ਨਹੀਂ ਗਈ। ਕਰਮਜੀਤ ਕੀ ਹੋ ਗਿਆ, ਐਂ ਕਾਤੇ ਰੋਈ ਜੀ ਜਾਂਦੀ ਆ? ਹੋਣਾ ਕੀ ਆ ਯਾਰ, ਭਰਾ ਇਹਦਾ ਹਾਂ ਕੰਮ ਚੱਲੇ ਦੇ ਕਿਤੇ। ਅੱਛਾ ਘਰਦਿਆਂ ਨੇ ਬਥੇਰਾ ਕਿਹਾ ਵੀ ਗੱਡੀ ਲੈ ਜਾ, ਲੈ ਗਿਆ ਮੋਟਰਸਾਈਕਲ, ਜਾ ਕੇ ਲੱਗ ਗਏ ਰੇਸਾਂ ਲਾਉਣ ਮੁੰਡਿਆਂ ਨਾਲ। ਉਹ ਰੇਸਾਂ ਲਾਉਂਦੇ ਲਾਉਂਦੇ ਰੌਂਗ ਲੱਗ ਗਿਆ ਪਾਉਣ, ਉਹ ਟਰੱਕ 'ਚ ਵੱਜਿਆ ਮੋਟਰਸਾਈਕਲ। ਸੱਟ ਤਾਂ ਲੱਗੀ ਹੈ ਪਰ ਚੱਲ ਸ਼ੁਕਰ ਹੈ ਵੀ ਟਰੱਕ ਚੱਲਦਾ ਨਹੀਂ ਸੀ, ਖੜਾ ਸੀ। ਕੋਈ ਨੀ ਤੂੰ ਘਬਰ ਨਾ, ਠੀਕ ਆ ਭਰਾ ਤੇਰਾ? ਠੀਕ ਹੈ ਦੀਦੀ, ਉਹਦਾ ਨਾ ਬਸ ਕੋਮਾ 'ਚ ਚਲੇ ਗਿਆ, ਡਾਕਟਰ ਕਹਿੰਦੇ ਵੀ ਜੇ ਹੋਸ਼ ਵੀ ਆਇਆ ਤਾਂ ਇਹਦਾ ਕੁਛ ਨੀ ਪਤਾ ਵੀ। ਕੋਈ ਨੀ ਕੋਈ ਨੀ, ਘਬਰੋ ਨਾ, ਘਬਰੋ, ਹੋ ਜੂ ਠੀਕ, ਹੋ ਜੂ ਠੀਕ, ਹੋ ਜੂਗਾ। ਕੋਈ ਮੈਂ ਕਿਹਾ ਵੀ ਡਾਕਟਰ ਦਾ ਬਹੁਤ ਕੁਛ ਕਹਿੰਦੇ ਨੇ, ਆਪਾਂ ਇੱਥੋਂ ਛੁੱਟੀ ਕਰਾ ਕੇ ਨਾ ਪੀਜੀ ਹੀ ਚੱਲਾਂਗੇ, ਆਪਣੇ ਡਾਕਟਰ ਨੂੰ ਦਿਖਾ ਲੈਣੇ ਆ। ਹੋਰ ਕਿੱਡੀ ਗੱਲ ਹੈ, ਤੂੰ ਤੂੰ ਹੌਸਲਾ ਨਾ ਛੱਡ, ਕੋਈ ਗੱਲ ਨਹੀਂ, ਠੀਕ ਰਹੋ, ਕੋਈ ਨਹੀਂ ਠੀਕ ਹੋ ਜੂਗਾ। ਹਾਂ ਘਬਰ ਨਾ, ਕੁਛ ਨਹੀਂ ਹੁੰਦਾ ਹੈਗਾ, ਹਾਂ ਠੀਕ ਹੈ ਨਾ। ਉਹ ਕਹਿੰਦੇ ਵੀ ਜੇ ਹੋਸ਼ ਆ ਗਿਆ ਵੀ ਆਹਦਾ ਕੋਮਾ ਚ ਲੰਘ ਜੂਗਾ ਜਾਂ ਥੋੜਾ ਜਿਹਾ ਮੈਂਟਲੀ ਅਪਸੈਟ ਹੋ ਜਾਊਗਾ। ਉਹ ਨਹੀਂ ਨਹੀਂ, ਡਾਕਟਰ ਤਾਂ ਬਹੁਤ ਕੁਛ ਕਹਿੰਦੇ ਆ, ਕੁਛ ਨਹੀਂ ਹੁੰਦਾ। ਉਹੀ ਤਾਂ ਮੈਂ ਸਮਝਾ ਰਿਹਾ ਇਹਨੂੰ, ਠੀਕ ਹੋ ਜਾਣਾ, ਐ ਨਹੀਂ ਹੁੰਦਾ ਹੁੰਦਾ। ਕੋਈ ਨਾ ਭੈਣ, ਹੌਸਲਾ ਰੱਖ, ਟੈਨਸ਼ਨ ਨਾ ਲੈ, ਫਿਕਰ ਨਾ ਕਰ, ਕੁਛ ਨਹੀਂ ਹੁੰਦਾ ਹੈਗਾ। ਆਹੋ ਕੁਛ ਨਾ ਕੁਛ ਨਹੀਂ ਹੁੰਦਾ, ਫਿਕਰ ਨਹੀਂ ਕਰਨ ਦੀ ਲੋੜ ਨਹੀਂ ਹੈਗੀ। ਘਬਰਾ ਨਾ, ਤੂੰ ਐ ਘਬਰਾਏ ਤੇ ਥੋੜੀ ਕੁਛ ਹੋਣਾ ਏ, ਪੈਸਾ ਹੈ। ਹਾਂ ਦੀਦੀ ਕਹਤੇ ਰੋਂਦੇ ਆ, ਰੋਂਦੀ ਕੀ ਆ ਤੈਨੂੰ ਦੱਸਾਂ। ਇਹਦਾ ਵੀਰਾ ਸੀ ਨਾ ਛੋਟਾ, ਤੇਰੇ ਵਰਗਾ ਵੀਰਾ ਸੀ, ਉਹਦਾ ਨਾ ਐਕਸੀਡੈਂਟ ਹੋ ਗਿਆ, ਉਹਦੇ ਸੱਟ ਲੱਗ ਗਈ, ਤਾਂ ਦੀਦੀ ਰੋਈ ਜਾਂਦੀ ਆ ਤੇਰੀ। ਉਹਨੂੰ ਕਿਹਾ ਚੁੱਪ ਕਰ ਦੀਦੀ, ਕੁਛ ਨਹੀਂ ਹੁੰਦਾ ਵੀਰੇ ਨੂੰ। ਦੀਦੀ ਚੁੱਪ ਕਰ ਜਾ, ਚੁੱਪ ਕਰਾ ਦੀਦੀ ਨੂੰ ਆਪਣੀ। ਮੈਂ ਨਾ ਬਾਬਾ ਜੀ ਨੂੰ ਕਹੂੰਗਾ ਕਿ ਵੀਰੇ ਨੂੰ ਸੈੱਟ ਕਰ ਦੇ, ਹਨਾ। ਹਾਂ ਆਪਾਂ ਅਰਦਾਸ ਕਰਾਂਗੇ। ਜਗਰੂਪ ਦੀਦੀ ਮੈਨੂੰ ਮਾਫ ਕਰ ਦਿਓ, ਮੇਰਾ ਵੀ ਭਰਾ ਸੀਗਾ, ਜਦ ਮੇਰੇ ਭਰਾ ਨਾਲ ਨਾ ਕੁਝ ਹੋਇਆ ਮੈਨੂੰ ਫੇਰ ਪਤਾ ਚੱਲਿਆ। ਜਗਰੂਪ ਮੈਨੂੰ ਮਾਫ ਕਰ ਦੇ, ਮੈਂ ਤੇਰੇ ਨਾਲ ਬਹੁਤ ਕੁਝ ਕੀਤਾ। ਉਹ ਕਹੇ ਨਹੀਂ ਦੀਦੀ ਕੁਛ ਨਹੀਂ ਕੀਤਾ, ਆ ਤੇਰੀ ਦੀਦੀ ਆ ਨਾ। ਨਾ ਕੋਈ ਨਹੀਂ ਕਰਮਜੀਤ, ਰੋਣਾ ਨਹੀਂ, ਰੋਣਾ ਕੋਈ ਨਹੀਂ, ਰੋਣਾ ਨਹੀਂ ਦੀਦੀ, ਤੂੰ ਚੁੱਪ ਕਰਾ ਦੀਦੀ ਨੂੰ ਆਪਣੀ। ਮੈਂ ਤੇਰੇ ਵੀਰ ਆ। ਹਾਂ ਦੇਖਿਆ, ਹੱਦ ਹੋ ਗਈ, ਤੂੰ ਮੇਰਾ ਭਰਾ ਹੈਂਗਾ ਜੀ। ਹਾਂ ਚੱਲ ਜਲਦੀ ਠੀਕ ਹੋ ਜੂ, ਆਪਾਂ ਗੁਰਦੁਆਰੇ ਜਾ ਕੇ ਅਰਦਾਸ ਕਰਾਵਾਂਗੇ, ਠੀਕ ਹੋ ਜੂਗਾ ਛੇਤੀ। ਗੁਰੂ ਆਪੇ ਠੀਕ ਕਰੂਗਾ, ਆਪੇ ਠੀਕ ਕਰੂਗਾ। ਨਾਲੇ ਕਹਿੰਦੇ ਹੁੰਦੇ ਨੇ ਜਿਹੜਾ ਸਿੱਧਾ ਬੰਦਾ ਹੁੰਦਾ ਨਾ ਉਹਦੀ ਰੱਬ ਨਾਲ ਸਿੱਧੀ ਲੱਗਦੀ ਹੈ, ਹੈਨਾ, ਜੋ ਉਹ ਕਹਿੰਦਾ ਸੱਚ ਹੁੰਦਾ। ਹੁਣ ਤੂੰ ਘਬਰਨਾ, ਟੈਨਸ਼ਨ ਨਾ ਲੈ, ਚੱਲ ਆਪਾਂ ਹੁਣ ਗੁਰਦੁਆਰਾ ਸਾਹਿਬ ਚੱਲੀਏ। ਹੈ ਨਾਲੇ ਮਾਨਸੀ ਨਾਲ ਆ ਗੱਲ, ਚੱਲ ਹੁਣ ਤੂੰ ਦੀਦੀ ਨਾਲ ਵੀ ਜਾ ਸਕਦਾ ਗੁਰਦੁਆਰੇ, ਦੀਦੀ ਤੈਨੂੰ ਲੈ ਕੇ ਜਾਊਗੀ। ਚੱਲ ਚੱਲੀਏ ਜੀ ਗੁਰੂ, ਆਪਾਂ ਗੱਡੀ ਚੱਲਦੇ ਆਪਾਂ। ਚੱਲ ਦੀਦੀ ਹੁਣ ਕੁੱਟਿਆ ਤਾਂ ਨਹੀਂ ਕਰੇਗੀ? ਨਾ ਮੈਂ ਨਹੀਂ ਕੁੱਟਦੀ, ਤੈਨੂੰ ਕਿੱਥੇ ਕੁੱਟਦੀ ਆ, ਉਹ ਤਾਂ ਉਹ ਤਾਂ ਇੰਨਾ ਪਿਆਰ ਕਰਦੀ ਹੈ, ਹੈ ਪਿਆਰਾ ਭਾਈਏਗਾ। ਆਪਾਂ ਹੁਣ ਗੁਰਦੁਆਰੇ ਚੱਲਦੇ ਹਾਂ। ਹਾਂ ਆਪਾਂ ਗੁਰਦੁਆਰੇ ਕਰਦੇ, ਚਲੋ 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 ਚਲੋ, ਦੀਦੀ ਨੂੰ ਠਾਲ ਆਪਣੀ ਨੂੰ। ਹਾਂ ਚਲੋ ਜੀ, ਚਲੋ।